ਪਾ ਵੀ ਪੱਟਿਆ ਫਿਰ ਆ ਮੈਂ ਵੱਡੇ ਵੀਰ ਦੀ ਪ੍ਰੇਮ ਕੌਰ ਸਾਲੀ ਦਾ ਹਨ ਇੱਥੇ ਕੋਈ ਬੁਰੀ ਗੱਲ ਤਾਂ ਨਹੀਂ ਹੈਗੀ ਇਹ ਮੇਲ ਸਿੰਗਰ ਜਿਹੜੇ ਆ ਉਹ ਡੀਗ੍ਰੇਡ ਕਰਦੇ ਕੁੜੀ ਨੂੰ ਕਾਫੀ ਕੁੜੀਆਂ ਦਾ ਸ਼ੋਸ਼ਣ ਹੁੰਦਾ ਤੁਹਾਨੂੰ ਜਦੋਂ ਤੁਸੀਂ ਤਾਂ ਜਿਆਦਾ ਇਹਨਾਂ ਦੇ ਵਿੱਚ ਰਹੇ ਹੋ ਸ਼ੋਸ਼ਣ ਹੋਵੇ ਨਾ ਹੋਵੇ ਮਤਲਬ ਮੈਂਟਲੀ ਦਾ ਅਫਸਰਟ ਰਹਿੰਦੀਆਂ ਨਾ ਜਦੋਂ ਨਾਂ ਬਣ ਜਾਂਦਾ ਆ ਮੁੰਡਾ ਸੋਚਦਾ ਵੀ ਹੁਣ ਕੁੜੀ ਹੋਰ ਲੱਭ ਲਓ ਇਹ ਤਾਂ ਅੱਧੇ ਪੈਸੇ ਲੈਂਦੀ ਆ ਕੋਟਨਾਂ ਵੀ ਨੇ ਦੱਸ ਇੰਨੇ ਹਿੱਟ ਗਾਣੇ ਜਾ ਰਹੇ ਆ ਵੀ ਕਮੀ ਕਿੱਥੇ ਆ ਕਮੀ ਉੱਥੇ ਵੀ ਪੈਸੇ ਅੱਦੇ ਜਾਂਦੇ ਆ ਵੀ ਕੁੜੀ लवली ਐ ਪੇਮੈਂਟ ਰਮਲਾ ਸਾਹਮਣੇ ਫਿਰ ਤੁਸੀਂ 파ਰਸ ਹੋਣਾ ਨਾ ਵੀ ਜਾਂ ਹਾਂਜੀ 파ਰਸ ਜੋੜੀ ਬਣਦੀ ਹਾਂਜੀ ਹਾਂਜੀ ਫਿਰ ਉਦੋਂ ਵੀ ਤੁਹਾਡੇ ਗਾਣੇ ਜਿਹੜੇ ਆ ਉਹ ਜ਼ਿਆਦਾਤਰ ਉਸੇ ਤਰ੍ਹਾਂ ਦੇ ਰਹਿੰਦੇ ਆ ਰਮਲਾ ਸਾਹਮਣਾ ਮੇਰਾ ਅੱਦ ਅੱਦ ਸੀਗਾ ਤੇ ਉਹ ਸਮੇਂ ਦਾ ਹੀ ਮੇਰਾ ਹੀ ਨਾਮ ਬਣ ਗਿਆ ਹੁਣ ਹੈ ਨਾ ਵੀ ਉਹ ਫਿਰ ਉਧਰੋਂ ਸਾਡੇ ਗਾਣੇ ਹਿੱਟ ਤੋਂ ਹਿੱਟ ਆ ਰਹੇ ਸੀ ਉਧਰੋਂ ਕੁੜੀਆਂ ਲਵ ਦੇ ਵਿੱਚ ਦੇ ਸੀ ਤੁਸੀਂ ਬੈਠ ਕੇ ਨਹੀਂ ਗੱਲ ਕੀਤੀ ਵੀ ਹਾਂ ਆਪਾਂ ਇਹ ਕੋਈ ਕਰਨਾ ਜੋੜੀ ਕਿਉਂ ਤੋੜਨੀ ਗੱਲ ਸੁਣਦਾ ਹੀ ਨਹੀਂ ਸੀ ਕੋਈ ਉਹ ਕਈ ਕਸ਼ਟਾਂ ਦੇ ਨਾਂ ਵੀ ਇਹਦੇ ਗਰਮ ਗੀਤ ਤੇ ਡਰਾਈਵਰ ਸੁਣਦੇ ਸੀ ਜਾਂ ਫਿਰ ਖੇਤੇ ਹੋ ਜਾ ਕੇ ਤੁਸੀਂ ਕਦੇ ਮਹਿਸੂਸ ਨਹੀਂ ਕੀਤਾ ਔਰ ਥੋਣ ਦੇ ਨਾਤੇ ਵੀ ਨਹੀਂ ਗਾਉਣੇ ਚਾਹੀਦੇ ਇਹਦੇ 78 ਦਸੰਬਰ ਨੂੰ ਇਹ ਗਾਣਾ ਸਾਡਾ ਆ ਗਿਆ ਸੀਗਾ ਤੁਸੀਂ ਉਦੋਂ 7ਵੀਂ ਕਲਾਸ ਮੈਂ 7ਵੀਂ 14 ਸਾਲ ਦੀ ਸੀ मेरी मेरी मतलब ਤੁਸੀਂ ਕਹਿੰਦੇ ਹੋ ਵੀ ਮੈਨੂੰ ਉਹ ਤੋਂ ਸਾਰੀ ਮੇਰੇ ਸੰਭੀ ਸੀ ਬਹੁਤ ਛੋਟੀ ਸੀ ਇੱਕ ਹਰਿਆਣੇ ਚ ਆਈ ਸੀ ਸੰਤੋ ਪਤਾ ਹੀ ਨਹੀਂ ਸੀ ਮਾਪਿਆਂ ਨੇ ਨਹੀਂ ਦੱਸਿਆ ਡੈਡੀ ਨਾਲ ਹੁੰਦੇ ਸੀ ਨਾ ਉਦੋਂ ਗਾਣੇ ਵੀ ਇਹੋ ਜਿਹੇ ਚੱਲਦੇ ਸੀਗੇ ਮਤਲਬ ਐ ਨਹੀਂ ਸੀ ਇੰਨੇ ਗੰਦੇ ਗਾਣੇ ਵੀ ਨਹੀਂ ਜਿੰਨਾ ਹੁਣ ਹੁਣ ਜਿਆਦਾ ਮਤਲਬ ਹੋ ਰਿਹਾ ਹੈ ਪਰ ਹੁਣ ਤੁਹਾਨੂੰ ਲੱਗਦਾ ਮਤਲਬ ਕਦੇ ਕਦੇ ਦਿਲ 'ਚ ਅਫਸੋਸ ਹੁੰਦਾ ਨਹੀਂ ਹੁੰਦਾ ਹੁਣ ਤਾਂ ਮੈਂ ਗਾਣੇ ਕਰਦੀ ਵੀ ਨਹੀਂ ਅਗਲੇ ਕੁਛ ਇਹ ਕਹਿੰਦੇ ਕਿ ਮਤਲਬ ਤੁਹਾਨੂੰ ਲੱਗਦਾ ਕਿ ਇਹ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਗਾਣੇ ਜਾਂ ਦੋ ਅਰਤੀ ਜਾਂ ਹੋਣੇ ਚਾਹੀਦੇ ਜਿੱਦੇ ਚ ਕੋਈ ਵੀ ਬਲਗਰ ਲਫਜ਼ ਆ ਨਾ ਹੁਣ ਨਹੀਂ ਮਗਾਉਣਾ ਚਾਹੀਦਾ ਸਾਰਾ ਸਾਲ ਦੇ ਬੱਚਿਆਂ ਤਾਂ ਸਮਝ ਹੋ ਜਾਂਦੀ ਆ ਪਤਾ ਨਹੀਂ ਉਹ ਇਹ ਨਾ ਕੁਛ ਗਾਏ ਮੇਰੀ ਅਸੀ ਕੋਈ ਡੌਰੀ ਇਹੋ ਜਾ ਗਿਆ ਤੁਹਾਨੂੰ ਲੱਗਦਾ ਨਹੀਂ ਨਹੀਂ ਹੋਣਾ ਚਾਹੀਦਾ ਮਾਂ ਦਾ ਪੁੱਤ ਇੰਦੀ ਵੀ ਆ ਤੇ ਮਾਂ ਦਾ ਪੁੱਤ ਤਾਂ ਹਸਨ ਵੀ ਤੇ ਉਹਦੀ ਸੋਚ ਹੈ ਨਾ ਉਹਦੀ ਗਲਤੀ ਆ ਤੇ ਉਹ ਆਪਣੇ ਆਪ ਦੇ ਨਹੀਂ ਪਤਾ ਮੇਰਾ ਨੰਬਰ ਆ ਆ ਮੇਰਾ ਨਾ ਬਲਾਕ ਕੀਤਾ ਹੈ ਨੰਬਰ ਉਹਦਾ ਕੋਈ ਵੱਡੀ ਗੱਲ ਨਹੀਂ ਸੀਗੀ ਕੀ ਸੀਗਾ ਕਿਹੜੀ ਗੱਲ ਦਾ ਇਸ਼ੂ ਆ ਹੁਣ ਵੀ ਕਿੰਨਿ ਬੁਖਾ ਸਕਦੇ ਸੀ ਕੋਲੇ ਬੈਠੋ ਪੁੱਤ ਜੇ ਵੇਂਦੇ ਤੇ ਤਾਂ ਹੀ ਆ ਉਹ ਤਾਂ ਫੋਨ ਹੀ ਨਹੀਂ ਚੁੱਕਦਾ ਤਾਂ ਦੱਸ ਹੀ ਦੋਦਾ ਹਰ ਜਿਹੜਾ ਰੌਲਾ ਕਿਸ ਗੱਲ ਦਾ ਰੌਲਾ 50000 ਰੁਪਏ ਦੇ ਤਾਂ ਉਹ ਦਿੱਤਾ ਸੀ ਸਰਬਜੀਤ ਮਾਨ ਨੂੰ ਮਾਨਕ ਸਾਹਿਬ ਦੇ ਪਰਿਵਾਰ ਨੂੰ ਜੀ ਪਚਾਉਣਾ ਆ ਉੱਥੇ ਨਾ ਉਹ ਪਤਾ ਨਹੀਂ ਚਿੰ다 ਜੀ ਨੂੰ ਫੜਾਉਂਦੇ ਸੀ ਇਹ ਅਨਸਰ ਆ ਜੀ ਨੂੰ ਏ ਬਿੱਠਾ ਬਿੱਠਾ ਕਹਿੰਦਾ ਜੀ ਮੈਂ ਤੇ ਆਉਂਗਾ ਮੇਰੇ ਤੇ ਨਾਨਕੇ ਨੰਨੀ ਲੱਗਦੇ 50000 ਰੁਪਇਆ ਉਹਨਾਂ ਨੂੰ ਪੜਾਉਂਗਾ ਨਾਨੀ ਨੂੰ ਤੇ ਮੇਰੇ ਨੇੜੇ ਹੋ ਜਾਣਗੇ ਪਰਿਵਾਰ ਨੇੜੇ ਪਰਿਵਾਰ ਨੇੜੇ ਹੋ ਜਾਊਗਾ ਉਹਦੀ ਇਹ ਸੋਚ ਸੀ ਜੀ ਉਹਨਾਂ ਨੂੰ ਕਿਹੜਾ ਘਰ ਨਹੀਂ ਪਤਾ ਜੀ ਜੇ ਉਹ ਦੇਣਾ ਚਾਹੁੰਦੇ ਤਾਂ ਆਪ ਆ ਕੇ ਦੇਣ ਹੋ ਸਕਦਾ ਤੁਸੀਂ ਵੀ ਕਹਿ ਰਹੇ ਆ ਤੁਹਾਡੇ ਸਮੇਂ 'ਚ ਸ਼ੋਸ਼ਣ ਹੁੰਦਾ ਸੀਗਾ ਕਿਹਾ ਕੁਝ ਹੋਰ ਜਾਂਦਾ ਸੀ ਬਾਅਦ 'ਚ ਪੇਮੈਂਟ ਹੋਰ ਦਿੱਤੀ ਜਾਂਦੀ ਹੋ ਸਕਦਾ ਉਹਦਾ ਵੀ ਕੋਈ ਰੋਸਾ ਹੋਵੇ ਰੋਸਾ ਵੇਤੇ ਆਵਾ ਕੇ ਮੇਰ ਨਾਲ ਕਰ ਲੈਂਦਾ ਮੈਨੂੰ ਦੱਸ ਦਿੰਦਾ ਮੇਰ ਨਾਲ ਕਿਉਂ ਨਹੀਂ ਗੱਲ ਕੀਤੀ ਕਰ ਹੀ ਨਹੀਂ ਰਿਹਾ ਇਹ ਹੁਣ ਵੀ ਕਰੂਗਾ ਤਾਂ ਤੁਸੀਂ ਬਿਠਾ ਕੇ ਗੱਲ ਆਮੇ ਬਿਠਾ ਕੇ ਗੱਲ ਕਰੂੰਗੀ ਵੀ ਉਹਨੇ ਸੋਚਿਆ ਵੀ ਹੁਣ ਹਿੰਦੀ ਨਹੀਂ ਤੇ ਆਉਣਾ ਹੀ ਨਹੀਂ ਮੈਂ ਜੋ ਮਰਜ਼ੀ ਕਰਾਂ ਬੀਟ ਦੇਸੀ ਆ ਦੇਸੀ ਬੀਟ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਹਮੇਸ਼ਾ ਹੀ ਤਰ੍ਹਾਂ ਕੋਈ ਨਾ ਕੋਈ ਹੀਰਾ ਕਲਾਕਾਰ ਅਸੀਂ ਲੱਭ ਹੀ ਲਿਆਉਣੇ ਆ ਤੇ ਉਹਨਾਂ ਹੀਰਿਆਂ ਦੇ ਵਿੱਚੋਂ ਅੱਜ ਉਹ ਹੀਰਾ ਲੱਭਿਆ ਗਿਆ ਪੁਰਾਣੇ ਗਾਣੇ ਸਾਰਿਆਂ ਨੂੰ ਸੁਣਨੇ ਚੰਗੇ ਲੱਗਦੇ ਨੇ ਅੱਜ ਵੀ ਤੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਤੇ ਦੁਗਾਨਾ ਗਾਇਕੀ ਨੂੰ ਸਾਰੇ ਪਿਆਰ ਕਰਦੇ ਨੇ ਉਦੋਂ ਖਾੜੇ ਲੱਗਦੇ ਸੀ ਸਪੀਕਰ ਜਿਹੜੇ ਆ ਉਹ ਮੰਜੇ ਜੋੜ ਕੇ ਲਾਏ ਜਾਂਦੇ ਸੀ ਤੇ ਕਈ ਵਾਰੀ ਗੱਡੇ ਨੂੰ ਵੀ ਸਟੇਜ ਬਣਾ ਲੈਂਦੇ ਸੀ ਤੇ ਗਾਇਕ ਉੱਥੇ ਖੜ ਕੇ ਵੀ ਗਾ ਦਿੰਦੇ ਸੀ ਅੱਜ ਕੱਲ ਗਾਇਕਾਂ ਦੇ ਨਾਲ ਬੌਂਸਰ 15 15 20 20 ਤੁਰਦੇ ਆ ਪਰ ਉਦੋਂ ਬੌਂਸਰ ਨਹੀਂ ਚੱਲਦੇ ਸੀ ਗਾਇਕ ਆਪਣੀ ਹਿੱਕ ਦੇ ਜ਼ੋਰ ਨਾਲ ਗਾਉਂਦੇ ਸੀ ਸੁਖਵੰਤ ਸੁਖ ਕਰਤਾਰ ਰਮਲਾ ਬਹੁਤ ਸਾਰੇ ਜਿਹੜੇ ਜਿੰਨੇ ਨਾਮੀ ਸਿੰਗਰ ਉਹਨਾਂ ਨਾਲ ਉਹਨਾਂ ਨੇ ਕੋ ਗਾਇਕਾ ਦੇ ਤੌਰ ਤੇ ਸਾਥ ਨਵਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਪੀ ਜੀ ਮੈਨੂੰ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਵੇਖ ਕੇ ਕਿਉਂ ਜਦੋਂ ਤੁਸੀਂ ਗਾਇਕੀ ਦਾ ਸਫਰ ਸ਼ੁਰੂ ਕੀਤਾ ਸੀ ਨਾ ਮੈਨੂੰ ਲੱਗਦਾ ਸ਼ਾਇਦ ਅਸੀਂ ਤਾਂ ਜੰਮੇ ਵੀ ਨਹੀਂ ਹੋਵਾਂਗੇ ਦੋ ਲੱਗਦਾ ਲੱਗਦਾ ਪਰ ਉਹ ਜਦ ਤੁਹਾਡੇ ਨਾਲ ਜੀ ਜੀ ਤੇ ਹੈਪੀ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਤੁਹਾਡੇ ਦੇਸੀ ਬੀਟ ਚੈਨਲ ਨੂੰ ਸੁਣਨ ਵਾਲੇ ਜਿੰਨੇ ਵੀ ਵੇਖਣ ਵਾਲੇ ਸਰੋਤੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਕੀ ਹਾਲ ਹੈ ਜਿਹੜਾ ਦੌਰ ਤੁਹਾਡਾ ਦੌਰ ਸੀਗਾ ਉਹ ਸਮਾਂ ਸੀ ਹਾਂਜੀ ਤੂਤੀ ਬੋਲਦੀ ਸੀ ਤੁਹਾਡੀ ਉਦੋਂ ਮਤਲਬ ਲੋਕ ਸੁਣਨਾ ਪਸੰਦ ਕਰਦੇ ਸੀ ਖਾੜੇ ਹੋਣ ਜਾਂ ਟੇਪਾਂ 'ਚ ਗਾਣੇ ਹੋਣ ਜਾਂ ਆਪਾਂ ਉਹ ਕਹਿ ਦਿੰਨੇ ਆ ਤਵੇ ਤਵੇ ਹਾਂ ਤਵੇ ਆਲਾ ਯੁੱਗ ਹੁੰਦਾ ਸੀ ਨਾ ਹੁਣ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੁਣ ਤਾਂ ਰੀਲ ਦਾ ਨਹੀਂ ਪਤਾ ਹੁਣ ਤਾਂ ਛੋਟੀ ਰੀਲ ਹੋ ਗਈ ਨਾ ਹੁਣ ਤਾਂ ਉਹਨਾਂ ਦਾ ਮੋਬਾਈਲਾਂ 'ਚ ਰੀਲ ਬਣਾਉਣ ਲੱਗੇ بن او کی چپ نہیں چپ تو بھی اگے کام چلا گیا تو بھی اگے اگیا ਹੁਣ ਤਾਂ ਹੁਣ ਜਿਵੇਂ ਪਹਿਲਾਂ ਰੀਲ 8 8 ਗਾਣਿਆਂ ਦਾ ਹੁੰਦਾ ਸੀ ਹਨ ਜੀ ਜੀ ਹੁਣ ਤਾਂ ਬੰਦਾ ਮੋਬਾਈਲ 'ਚ ਰੀਲ ਬਣਾ ਲੈਂਦਾ ਵੀਰ ਆ ਛੋਟੀ ਜੀ ਰੀਲ ਬਣਾਈਏ ਤੇ ਚਲਾ دیਏ ਹਾਂ ਇਹ ਵੀ ਬਹੁਤ ਕੁਝ ਚੱਲਿਆ اچھا ਉਹ ਦੌਰ ਕਿਵੇਂ ਸੀ ਕਿਉਂਕਿ ਕੁੜੀਆਂ ਦੇ ਲਈ ਤਾਂ ਬੜੀ ਮੁਸ਼ਕਲ ਹੁੰਦੀ ਸੀ ਇੱਕ ਹਰਿਆਣਾ ਜੀ ਹਾਂਜੀ ਹਾਂਜੀ ਗਾਇਕੀ ਤੇ ਉਹ ਵੀ ਕੁੜੀ ਘਰ ਦੀ ਕੁੜੀ ਤੇ ਉਹ ਵੀ گاؤں ਵਾਲੇ ਖੇਤਰ 'ਚ ਆਵੇ ਤੇ ਮਾਪੇ ਨਹੀਂ ਚਾਹੁੰਦੇ ਹੁੰਦੇ ਤੇ ਜਿਹਾ ਮਾਪੇ ਵੀ ਚਾਹੁੰਦੇ ਹਣ ਆਲੇ ਦੁਆਲੇ ਚਾਚੇ ਤਾਏ ਮਾਮੇ ਭਤੀਜੇ ਜੀ ਆਂਡ ਗਵਾਂਡ ਕਹਿੰਦਾ ਨਾ ਬਾਈ ਕੁੜੀ ਨੂੰ ਨਹੀਂ ਗਾਉਣ ਦੇਣਾ ਸੱਚੀ ਗੱਲ ਬਾਪਰੇ ਆ ਇਹ ਇਹ ਮੇਰੀ ਮੰਮੀ ਡੈਡੀ ਗਾਉਂਦੇ ਸੀ ਨਾ ਜੀ ਇਸ ਕਰਕੇ ਉਹਨਾਂ ਨੂੰ ਬੜੀ ਮੁਸ਼ਕਲ ਇਜਾਜ਼ਤ ਮਿਲੀ ਸੀ ਗਾਉਣ ਦੀ ਮੇਰੇ ਡੈਡੀ ਨੂੰ ਹਮ ਤੇ ਮੰਮੀ ਨੂੰ ਤਾਂ ਉਦੋਂ ਵੀ ਜ਼ਿਆਦਾ ਕਿਉਂਕਿ ਮੇਰੇ ਦਾਦਾ ਜੀ ਫ੍ਰੀਡਮ ਫਾਈਟਰ ਸੀਗੇ ਜੀ ਤੇ ਪਹਿਲੋਂ ਉਹ ਸੀਗੇ ਜਥੇਦਾਰ ਸਾਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਹਮ ਉਹਨਾਂ ਨੇ ਸਾਰੀ ਸੰਗਤ ਨੂੰ ਅੰਮ੍ਰਿਤ ਛਕਾਉਂਦੇ ਹੁੰਦੇ ਸੀਗੇ ਪਿੰਡਾਂ 'ਚ ਜਾ ਕੇ ਵੀ ਤੇ ਅਕਾਲ ਤਖਤ ਸਾਹਿਬ ਤੇ ਵੀ ਜੀ ਉਹਨਾਂ ਨੇ 22 ਸਾਲ ਉੱਥੇ ਸੇਵਾ ਵਿੱਚ ਕੀਤੀ ਸੇਵਾ ਕੀਤੀ ਯਾਨੀ ਸਰਵਿਸ ਤੌਰ ਤੇ ਵੀ ਉੱਥੇ ਸੀਗੇ ਦਾਦਾ ਜੀ 22 ਸਾਲ ਤੋਂ ਬਾਅਦ ਫਿਰ ਉਹਨਾਂ ਨੇ ਅਸਤੀਫਾ ਦੇ ਕੇ ਉੱਥੇ ਤੇ ਦੇਸ਼ ਦੀ ਆਜ਼ਾਦੀ 'ਚ ਉਹਨਾਂ ਨੇ ਆਪਣਾ ਹਿੱਸਾ ਪਾਇਆ ਹਮ ਆਜ਼ਾਦੀ ਦੀ ਫੌਜ 'ਚ ਸੀਗੇ ਸੂਬੇਦਾਰ ਨਾਮ ਉਹਨਾਂ ਦਾ ਉਹਨਾਂ ਦਾ ਨਾਂ ਸੀ ਗਿਆਨੀ ਸਿੰਘ ਗਿਆਨੀ ਵਸਨ ਸਿੰਘ ਵਸਨ ਸਿੰਘ ਮਜੀਠਾ ਹੂੰ ਉਹ ਸਾਡਾ ਪਿੰਡ ਮਜੀਠਾ ਹੈ ਨਾ ਜੀ ਤੇ ਉਹ ਉਸ ਪਿੰਡ ਦਾ ਹੀ ਦਾਦਾ ਜੀ ਜੰਮ ਪਾਲ ਸੀਗੇ ਮਜੀਠੇ ਦੇ ਆਜ਼ਾਦੀ ਘੁਲਾਟੀਏ ਦੇ ਤੌਰ ਤੇ ਫਿਰ ਸਨਮਾਨ ਵੀ ਮਿਲਿਆ 2 1997 ਚ ਹਾਂਜੀ ਹਾਂਜੀ ਮੇਰੀ ਦਾਦੀ ਜੀ ਮੇਰੇ ਦਾਦਾ ਜੀ ਦੀ ਤਾਂ ਡੈਥ ਹੋ ਗਈ ਸੀਗੀ ਹੂੰ ਤੇ ਮੇਰੀ ਦਾਦੀ ਜੀ ਨੂੰ ਆ ਸਨਮਾਨ ਮਿਲਿਆ ਸੀਗਾ ਤਮਲ ਪੱਤਰ ਇਹਨੂੰ ਕਹਿੰਦੇ ਆ ਜੀ ਤੇ ਜਿੰਨੇ ਵੀ ਆਜ਼ਾਦੀ ਘੁਲਾਟੀ ਹੋਏ ਆ ਉਹਨਾਂ ਦੀ ਵਿਧਵਾ ਜਿਹੜੀਆਂ ਸੀਗੀਆਂ ਉਹਨਾਂ ਨੂੰ ਇਹ ਸਨਮਾਨ ਮਿਲਿਆ ਨਾਲ ਪੈਸੇ ਮਿਲੇ ਸੀਗੇ ਹਾਂਜੀ ਤੁਸੀਂ ਮਿਲੇ ਹੋ ਦਾਦਾ ਜੀ ਨੂੰ ਆਪਣੇ ਹਾਂਜੀ ਮੈਂ 4-5 ਕਿ ਸਾਲ ਦੀ ਸੀ ਛੋਟੀ ਸੀ ਮੈਂ ਛੋਟੀ ਸੀ ਹਾਂਜੀ ਅੱਛਾ ਆਜ਼ਾਦੀ ਕੁਹਾਟੀਏ ਰਹੇ ਦਾਦਾ ਜੀ ਪਰ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਜਾਂ ਨੂੰਹ ਦੀ ਆਪਾਂ ਗੱਲ ਕਰਦੇ ਹਾਂ ਉਹ ਗੌਣ ਦੇ ਖੇਤਰ ਚਾਉਂਦੇ ਨੇ ਉਹੀ ਗੱਲ ਤੇ ਆਪਾਂ ਫੇਰ ਪਰਤਦੇ ਹਾਂ ਤਾਂ ਫਿਰ ਮਤਲਬ ਮੈਨੂੰ ਲੱਗਦਾ ਨਹੀਂ ਵੀ ਛੇਤੀ ਮਿਲ ਗਈ ਹੋਊਗੀ ਪ੍ਰਵਾਨਗੀ ਵੀ ਇਸ ਖੇਤਰ ਚ ਆ ਜਾਓ ਹਾਂਜੀ ਪਤਾ ਤੁਹਾਨੂੰ ਲੱਗੀਆਂ ਉਹ ਗੱਲਾਂ ਡੈਡੀ ਜੀ ਡੈਡੀ ਹਾਂਜੀ ਪਤਾ ਲੱਗੀਆਂ ਗੱਲਾਂ ਹੁਣ ਜਿਵੇਂ ਹੁਣ ਜਿਵੇਂ ਜਿਵੇਂ ਵੱਡੇ ਹੋਏ ਦੱਸਦੇ ਨੂੰ ਲੱਗਦਾ ਰਿਹਾ ਹਾਂਜੀ ਵੀ ਡੈਡੀ ਉਹਨਾਂ ਨੂੰ ਕਿੰਨੀ ਮੁਸ਼ਕਲ ਗਾਉਣ ਦੀ ਇਜਾਜ਼ਤ ਮਿਲੀ ਸੀਗੀ ਫਿਰ ਉਹ ਜਿਹੜੀ ਪਬਲਿਕਲੀਸ਼ਨ ਨਹੀਂ ਹੁੰਦਾ ਉਹਦੇ ਚ ਹੋ ਗਏ ਸੀਗੇ ਹੂੰ ਗਾਇਕੀ ਚ ਉਹਦੇ ਚ ਕਾਫੀ ਕਲਾਕਾਰ ਰਹੇ ਆ ਜੀ ਜਿਵੇਂ ਕਿ ਮੁਹੰਮਦ ਸਦੀਕ ਜੀ ਵੀ ਸੀਗੇ ਹੂੰ ਪਬਲਿਕਲੀਸ਼ਨ ਚ ਜੀ ਹੋਰ ਹੋਰ ਵੀ ਕਈ ਕਲਾਕਾਰ ਜਿਵੇਂ ਹਰਚਰਨ ਕਰੇਵਾਲ ਕਰਨੈਲ ਗਿੱਲ ਵੀ ਸੀਗੇ ਹੂੰ ਜਿਵੇਂ ਸਾਰੇ ਇਹਨਾਂ ਪਬਲਿਕ ਰਿਲੇਸ਼ਨ ਚ ਕਰਦੇ ਰਏ ਕੰਮ ਹੁਣ ਤੱਕ ਵੀ ਕੋਈ ਕਈ ਕਰਦੇ ਆ ਹੂੰ ਤੇ ਇਸ ਕਰਕੇ ਉਹ ਉਹਨਾਂ ਨੇ ਫਿਰ ਪਬਲਿਕ ਰਿਲੇਸ਼ਨ ਚ ਸ਼ੁਰੂ ਕੀਤਾ ਕੰਮ ਤੁਸੀਂ ਫਿਰ ਉਹਨਾਂ ਨੂੰ ਦੇਖਦੇ ਕੀ ਸਿੱਖੇ ਹਾਂਜੀ ਘਰ ਚ ਜਦੋਂ ਰੈਸਲ ਕਰਦੇ ਸੀਗੇ ਮम्मी डैडी ਗਾਉਂਦੇ ਸੀਗੇ ਰੈਸਲ ਕਰਦੇ ਹੁੰਦੇ ਸੀ ਤੇ ਕੰਨ ਸਾਡੇ ਉੱਧਰ ਹੁੰਦੇ ਸੀਗੇ ਹੂੰ ਤੇ ਵਾ ਸੁਣ ਸੁਣ ਕੇ ਸੁਣ ਸੁਣ ਕੇ ਲੱਗ ਗਿਆ ਸੁਣ ਸੁਣ ਕੇ ਲੱਗ ਗਿਆ ਪਰ ਮੈਂ ਸੁਣਿਆ ਕਿ ਪਹਿਲਾਂ ਤੁਹਾਡੇ ਸਿਸਟਰ ਜਿਹੜੇ ਉਹ ਗਾਉਂਦੇ ਸੀਗੇ ਬਾਅਦ ਚ ਤੁਸੀਂ ਵੀ ਕਿਹਾ ਕਿ ਨਾ ਮੈਂ ਕੋ ਪਿੱਛੇ ਰਹਿਣਾ ਹਾਂਜੀ ਕੁਲਦੀਪ ਹਾਂ ਕੁਲਦੀਪ ਮੇਰੇ ਤੋਂ ਪਹਿਲਾਂ 2 ਸਾਲ ਵੱਡੇ ਸੀ ਤੁਹਾਡੇ ਤੋਂ ਮੇਰੇ ਤੋਂ 2 ਸਾਲ ਹੀ ਵੱਡੀ ਆ ਜੀ ਤੇ ਉਹ ਗਾਉਣ ਲੱਗੀ ਕੁਲਦੀਪ ਨਾ ਅੱਛਾ ਗਾਉਂਦੀ ਸੀ ਬਹੁਤ ਮਤਲਬ ਖੂਬਸੂਰਤ ਵੀ ਹੁਣ ਵੀ ਆ ਪਹਿਲਾਂ ਵੀ ਬਹੁਤ ਜ਼ਿਆਦਾ ਸੀਗਾ ਮਤਲਬ ਕਿ ਦੋਨੇ ਅਸੀਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਸੀਗਾ ਸਿੰਗਰ ਕਹਿੰਦੇ ਹੁੰਦੇ ਸੀ ਵੀ ਕੁੜੀਆਂ ਆਈਆਂ ਆ ਵੀ ਉਹਨਾਂ ਨੂੰ ਵੇਖੀਏ ਜਾ ਤੇ ਜਦੋਂ ਅਸੀਂ ਲੁਧਿਆਣੇ 'ਚ ਕੁਲਦੀਪ ਤੇ ਮੇਰੇ ਡੈਡੀ ਮੰਮੀ ਆ ਗਏ ਪਹਿਲੋਂ ਜੀ ਮੈਂ ਮੇਰੀ ਦਾਦੀ ਜੀ ਕੋਲ ਸੀਗੀ ਹੂੰ ਉੱਥੇ ਪੜਦੀ ਸੀ ਹਰਿਆਣੇ 'ਚ ਕੁਲਦੀਪ ਆ ਗਈ ਸੀ ਜੀ ਪਰ ਮੇਰਾ ਧਿਆਨ ਜੀ ਇੱਕ ਤਾਂ ਅੱਧੀ ਫੈਮਿਲੀ ਮਤਲਬ ਰਹਿ ਜਵੇ ਤੇ ਅੱਧੀ ਫੈਮਿਲੀ ਕਿ ਤੇ ਉਹ ਅੱਧੀ ਕਿਤੇ ਹੋਵੇ ਤਾਂ ਦਿਲ ਹੀ ਨਹੀਂ ਲੱਗਦਾ ਜੀ ਸਾਡਾ ਵੀ ਦਿਲ ਨਾ ਲੱਗਿਆ ਕਰੇ ਦਾਦੀ ਮੇਰੀ ਵੀ ਤੇ ਜਮੀਨ ਕਰਕੇ ਸਾਡੀ ਜ਼ਮੀਨ ਸੀ ਨਾ ਹਰਿਆਣੇ ਚ ਉਹਦੇ ਕਰਕੇ ਦਾਦੀ ਠੇਕੇ ਤੇ ਜ਼ਮੀਨ ਦਿੱਤੀ ਹੋਈ ਸੀ ਤਾਂ ਉਹਦੇ ਕਰਕੇ ਰਹਿਣਾ ਪਿੰਦਾ ਸੀਗਾ ਉੱਥੇ ਹੂੰ ਤੇ ਫੇਰ ਮੈਂ ਜਦੋਂ ਆਈ ਇਹ ਹੈਗੀ ਆ 70 78 ਦੀ ਗੱਲ ਆ ਜੀ ਉਦੋਂ ਮੈਂ 7ਵੀਂ ਚ ਪੜ੍ਹਦੀ ਸੀਗੀ ਹੂੰ ਸਤਵਿੰਦੀਆਂ ਬੁੱਕਾਂ ਹੀ ਲਈਆਂ ਸੀ ਮੈਂ ਪਾਸ ਹੋ ਗਈ ਸੀ ਉਹ 3rd 2nd ਐਵੇਂ ਮੇਰੀ ਆਉਂਦੀ ਹੁੰਦੀ ਸੀ ਪੋਜੀਸ਼ਨ ਜਿਵੇਂ ਨਾ ਪੜਾਈ 'ਚ ਜੀ ਤੇ ਤੇਜ਼ ਸੀ ਤੇ ਮੰਮੀ ਕਹਿੰਦੀ ਸੀ ਵੀ ਤੂੰ ਤੇ ਨਰਸ ਜਾਂ ਟੀਚਰ ਬਣੀ ਹੂੰ ਬਈ ਤੂੰ ਨਹੀਂ ਗਾਉਣ ਵਾਲਾ ਆਉਣਾ ਹੂੰ ਤੇ ਮੈਂ ਕਹਿੰਦੀ ਸੀ ਵੀ ਮੈਂ ਤੇ ਮੈਂ ਗਾਉਣਾ ਇਹ ਮੈਨੂੰ ਲੱਗਦਾ ਸੀਗਾ ਵੀ ਮੈਂ ਚੰਗਾ ਮੇਰਾ ਨਾਂ ਹੋ ਸਕਦਾ ਇਹ ਜੈਲਸੀ ਫੈਕਟਰ ਵੀ ਸੀਗਾ ਵੀ ਭੈਣ ਗਾਉਂਦੀ ਆ ਤੇ ਮੈਂ ਮੈਂ ਪਿੱਛੇ ਨਾ ਰਹਿ ਜਾ ਕਿਤੇ ਨਹੀਂ ਨਹੀਂ ਜੈਲਸ ਤਾਂ ਅੱਜ ਤੱਕ ਨਹੀਂ ਹੈਗੀ ਭੈਣਾ ਦੀ ਅੱਜ ਵੀ ਭੈਣਾ ਦੀ ਪੂਰੀ ਮਰ ਬਹੁਤ ਪਿਆਰ ਆ ਹੂੰ ਕਿਸੇ ਨਾ ਵੀ ਉਹਨੇ ਗਾਇਆ ਆ ਜਾਂ ਮੈਂ ਕਿਸੇ ਨਾ ਵੀ ਗਾਇਆ ਸੀ ਲੜੀਆਂ ਨਹੀਂ ਕਦੀ ਹੂੰ ਇਹ ਬਹੁਤ ਵੱਡੀ ਗੱਲ ਆ ਇੱਕ ਦੂਜੇ ਨੂੰ ਹੌਸਲਾ ਹੀ ਦਿੱਤਾ ਵਾ ਇੱਕ ਦੂਜੀ ਦੀ ਅਸੀਂ ਸਮਝਿਆ ਵੀ ਉਹ ਵੀ ਇਸੇ ਪ੍ਰੋਫੈਸ਼ਨ 'ਚ ਆ ਹੁਣ ਅੱਜ ਕੱਲ੍ਹ ਤਾਂ ਟੈਕਨਸ਼ਨ ਵਾਲੇ ਹੁੰਦੇ ਨਾ ਭਲਾ ਦੀ ਭਰਾ ਹੀ ਹੁਣ ਭਲਾ ਯਾਰ ਦੋਸਤ ਹਾਂਜੀ ਹਾਂਜੀ ਜੀ ਪਰ ਨਹੀਂ ਅਸੀਂ ਬਹੁਤ ਜ਼ਿਆਦਾ ਕੋਆਪਰੇਟ ਹੁਣ ਵੀ ਕਰਦੀਆਂ ਮੈਂ ਉਹਦੇ ਨਾਲ ਉਹ ਵੀ ਕਰਦੀਆਂ ਅਸੀਂ ਗੱਲ ਨਹੀਂ ਤੇ ਬਹੁਤ ਜ਼ਿਆਦਾ ਹੁਣ ਹੱਲੀ ਵੀ ਪਿਆਰ ਆ ਸਾਡਾ ਜੀ ਫਿਰ ਭੈਣਾ ਤੇ ਹੈ ਹੀ ਆ ਸਿੱਲੀਆਂ ਵੀ ਆ ਅਸੀਂ ਇੱਕ ਦੂਜੇ ਨਾਲ ਦਿਲ ਖੋਲ ਕੇ ਗੱਲਾਂ ਕਰੀਦੀਆਂ ਉਹਨਾਂ ਨੂੰ ਕਦੇ ਨਹੀਂ ਲੱਗਿਆ ਜਾਂ ਤੁਸੀਂ ਤੁਹ ਕਹੋਗੇ ਤੁਸੀਂ ਸਿਸਟਰ ਹੋ ਹਾਂਜੀ ਕਿਉਂਕਿ ਤੁਹਾਡਾ ਜ਼ਿਕਰ ਬਹੁਤ ਹੋਇਆ ਬਾਅਦ ਚ ਜਾ ਕੇ ਨਾ ਹਾਂਜੀ ਹਾਂਜੀ ਨਾਮੀ ਸਿੰਗਰਾਂ ਨਾਲ ਤੁਸੀਂ ਪਰਫਾਰਮ ਕੀਤਾ ਤਾਂ ਕਦੇ ਉਹਨਾਂ ਨੇ ਕਿਹਾ ਵੀ ਯਾਰ ਮੇਰਾ ਕੰਮ ਪਿੱਛੇ ਹੀ ਰਹਿ ਗਿਆ ਨਹੀਂ ਕੁਲਦੀਪ ਦਾ ਵੀ ਬਹੁਤ ਨਾਂ ਹੋਇਆ ਐ ਨਹੀਂ ਉਹਦੇ ਵੀ ਗਾਣੇ ਬੜੇ ਹਿੱਟ ਆ ਜੀ ਤੇ ਉਹ ਸੋਹਣੀ ਵੀ ਬਹੁਤ ਜ਼ਿਆਦਾ ਮਤਲਬ ਸੀਗੀ ਐ ਨਹੀਂ ਹੁਣ ਵੀ ਆ ਬਹੁਤ ਮਤਲਬ ਉਹਨੂੰ ਵੀ ਜਿਵੇਂ ਮੈਂ ਚਿੰਦਾ ਜੀ ਨਾਲ ਜਾਂ ਰਮਲਾ ਜੀ ਨਾਲ ਹੱਡੀ ਤੇ ਕੁਲਦੀਪ ਨੂੰ ਲੈ ਗਏ ਜਿਵੇਂ ਪ੍ਰੋਗਰਾਮ ਕਰਨ ਲੱਗੀ ਮੈਂ ਨਹੀਂ ਲੜੀ ਕੁਲਦੀਪ ਨਾਲ ਰਮਲਾ ਸਾਹਿਬ ਲੈ ਗਏ ਅੱਛਾ ਹਾਂ ਰਮਲਾ ਸਾਹਿਬ ਉਹਦੇ ਨਾਲ ਗਾਉਣ ਲੱਗ ਗਈ ਸੀ ਕੁਲਦੀਪ ਨਾਲ ਹੂੰ ਮੈਂ ਕੁਲਦੀਪ ਨਾਲ ਲੜੀ ਨਹੀਂ ਵੀ ਤੂੰ ਕਿਉਂ ਗਾਉਣ ਲੱਗੀ ਆ ਵੀ ਮੇਰਾ ਤਾਂ ਗਰੁੱਪ ਵੀ ਹੱਲੀ ਜਿੱਟੇ ਆਈ ਸੀਗਾ ਉਹਦਾ ਜੀ ਤੇ ਮੈਂ ਕਿਹਾ ਠੀਕ ਹੈ ਗਾਲਾ ਤੇਰਾ ਵੀ ਬਿਜ਼ਨਸ ਆਏ ਮੈਂ ਕਿਉਂ ਰੋਕਾਂ ਨਾ ਹੂੰ ਤੇ ਐਵੇਂ ਹੀ ਬਸ ਜਿਵੇਂ ਚਿੰਦਾ ਜੀ ਦੇ ਨਾਲ ਉਹਦਾ ਗਰੁੱਪ ਟੁੱਟਿਆ ਚਿੰਦਾ ਜੀ ਮੇਰੇ ਨਾਲ ਗਾਉਣ ਲੱਗ ਗਏ ਜਾਂ ਮਾਨਕ ਹੁਣਾ ਨਾਲ ਇਹ ਕੁਲਦੀਪ ਚਿੰਦਾ ਜੀ ਨਾਲ ਗਾਉਣ ਲੱਗ ਗਏ ਮੈਨੂੰ ਮਾਨਕ ਹੁਣਾ ਨੇ ਕਿਹਾ ਵੀ ਮੇਰੇ ਪ੍ਰੋਗਰਾਮ ਲਵਾ ਦੇ ਤੇ ਮੈਂ ਕਿਹਾ ਚੱਲ ਕੋਈ ਮਾਨਕ ਸਾਹਿਬ ਨਾਲ ਗਾਇਆ ਮੈਂ ਉਹਨਾਂ ਨਾਲ ਵੀ ਗਾਇਆ ਅਸੀਂ ਚਲੋ ਗਾਣਾ ਸੁਣਦੇ ਆ ਕੋਈ ਵੀ ਪੁਰਾਣਾ ਗਾਣਾ ਮੈਨੂੰ ਬੜੇ ਪੁਰਾਣੇ ਗਾਣੇ ਮੈਂ ਅੱਜ ਵੀ ਤੁਹਾਡੇ ਗਾਣੇ ਸੁਣ ਕੇ ਹਾਂਜੀ ਹਾਂਜੀ ਪੁਰਾਣਾ ਕੋਈ ਵੀ ਗਾਣਾ ਜਾ ਉਹ ਗਾਣਾ ਸੁਣਾਓ ਜਦੋਂ ਸਦੀਕ ਸਾਹਿਬ ਘਰੇ ਆਏ ਸੀ ਤੇ ਪਹਿਲੇ ਦਿਨ ਗਾਣਾ ਸੁਣਾਇਆ ਸੀ ਅੱਛਾ ਆਹ ਹੋ ਸੀਗਾ ਨੂਰ ਜਹਾਂ ਜੀ ਦਾ ਗਾਣਾ ਸੀਗਾ ਹਾਂਜੀ ਤੇ ਉਹ ਐਵੇਂ ਹੀ ਬਸ ਜਿਹਦਾ ਕੀਤੀ ਹੋਈ ਸੀ ਮੈਂ ਵੀ ਮੈਂ ਗੋਣਾ ਹੀ ਗੋਣਾ ਡੈਡੀ ਹੁਣਾਂ ਮਮਮੀ ਨੂੰ ਵੀ ਮਮਮੀ ਨੂੰ ਮੈਂ ਜ਼ਿਆਦਾ ਕਹਿੰਦੀ ਸੀ ਡੈਡੀ ਤੋਂ ਡਰਦੀ ਸੀ ਸਦੀਕ ਸਾਹਿਬ ਘਰੇ ਆਏ ਸੀ ਉਦੋਂ ਹਾਂਜੀ ਘਰੇ ਆਏ ਸੀ ਜੀ ਮਾਮੂ ਕਹਿੰਦੀ ਸੀ ਨਾ ਮੇਰੇ ਡੈਡੀ ਨੂੰ ਜੀ ਤੇ ਜਦੋਂ ਸਦੀਕ ਭਾਜੀ ਹੁਣੀ ਅਸੀਂ ਤਾਂ ਬਹੁਤ ਛੋਟੇ ਹਾਂ ਛੋਟੇ ਸਾਨੂੰ ਪਤਾ ਨਹੀਂ ਸੀਗਾ ਵੀ ਨਵੇਂ-ਨਵੇਂ ਆਏ ਜਦੋਂ ਬੰਦਾ ਨਵਾਂ-ਨਵਾਂ ਹੁੰਦਾ ਐਡੀ ਇੰਡਸਟਰੀ ਬਹੁਤ ਵੱਡੀ ਸੀ ਉਦੋਂ ਵੀ ਹੁਣ ਵੀ ਆ ਹੁਣ ਵੀ ਆ ਜੀ ਤੇ ਜਦੋਂ ਆਏ ਅਸੀਂ ਤੇ ਉਹਨਾਂ ਨੇ ਦੇਖਿਆ ਵੇ ਉਹਦੇ ਜਿਹੜੇ ਰਣਜੀਤ ਕੌਰ ਜੀ ਆ ਉਹਨਾਂ ਦੀ ਮੰਮੀ ਨੇ ਮੇਰੇ ਡੈਡੀ ਨੂੰ ਭਰਾ ਬਣਾ ਲਿਆ ਹੂੰ ਤੇ ਮਾਮੂ ਕਹਿਣ ਲੱਗੇ ਹੂੰ ਭੈਣ ਜੀ ਰਣਜੀਤ ਵੀ ਸਦੀਕ ਪਾਦਰੀ ਜੀ ਜੀ ਤਾਂ ਉਹ ਆਉਂਦੇ ਜਾਂਦੇ ਸੀਗੇ ਜਿਵੇਂ ਕਦੀ ਅਸੀਂ ਚਲੇ ਜਾਣਾ ਕਦੀ ਉਹਨਾਂ ਨੇ ਆ ਜਾਣਾ ਹੂੰ ਪਿਆਰ ਹੁਣ ਵੀ ਬਹੁਤ ਆ ਪਰ ਹੁਣ ਰਜੇਵੇਂ ਜ਼ਿਆਦੇ ਆ ਜੀ ਭਾਜੀ ਹੁਣਾਂ ਨੂੰ ਤਾਂ ਫਿਰ ਜ਼ਿਆਦੇ ਹੀ ਆ ਹੂੰ ਐਮਪੀ ਬਣ ਗਏ ਹੂੰ ਤੇ ਰਣਜੀਤ ਕੌਰ ਤਾਂ ਹੁਣ ਵੀ ਅਸੀਂ ਪਰਸੋਂ ਚੌਥ ਇਕੱਠੀਆਂ ਹੋਈਆਂ ਆ ਇੱਥੇ ਵੀ ਆਏ ਸੀਗੇ ਮੈਂ ਉਹਨਾਂ ਦੇ ਘਰ ਵੀ ਗਈਆਂ ਜੀ ਹੁਣ ਵੀ ਅਸੀਂ ਇੱਕ ਮਹਿਫਲ ਜੀ ਕਰਨੀ ਆ ਇਕੱਠੇ ਹਾਂਜੀ ਸਾਰਿਆਂ ਨੇ ਅੱਛਾ ਨਹੀਂ ਉਹ ਫਿਰ ਗੀਤ ਮਤਲਬ ਉਹਨਾਂ ਨੂੰ ਸਿਸਟਰ ਦਾ ਤੁਹਾਡੇ ਪਤਾ ਸੀਗਾ ਹਾਂਜੀ ਉਹਨਾਂ ਨੂੰ ਪਤਾ ਸੀਗਾ ਵੀ ਇਹ ਗਾਉਂਦੇ ਆ ਤੁਹਾਡਾ ਨਹੀਂ ਪਤਾ ਤੇ ਮੇਰਾ ਨਹੀਂ ਸੀ ਪਤਾ ਉਹ ਮੈਂ ਕਹਿੰਦੀ ਹੁੰਦੀ ਸੀ ਵੀ ਮੈਂ ਗਾਉਣਾ ਆ ਪਰ ਉੱਥੇ ਜਾ ਕੇ ਸਦੀਕ ਭਾਜੀ ਦੇ ਘਰ ਨਹੀਂ ਸੀ ਕਹਿੰਦੀ ਰੰਜੀਤ ਉਹਨਾਂ ਦੇ ਜੀ ਉਹ ਕੁਲਦੀਪ ਹੀ ਉੱਥੇ ਸੀਗਾ ਉਹਨਾਂ ਨੂੰ ਵੀ ਕੁਲਦੀਪ ਗਾਉਂਦੀ ਆ ਫਿਰ ਤੁਹਾਨੂੰ ਕਿਹਾ ਵੀ ਸੁਣਾਓ ਹਾਂ ਹਮ ਮੇਰੇ ਡੈਡੀ ਨੇ ਸਦੀਕ ਭਾਜੀ ਨੂੰ ਬੁਲਾਇਆ ਹਮ ਕਹਿੰਦੇ ਵੀ ਆ ਜਾਓ ਕਹਿੰਦੇ ਕੁਲਦੀਪ ਨੂੰ ਤਾਂ ਤੁਸੀਂ ਸੁਣਿਆ ਸਾਡੀ ਛੋਟੀ ਕੁੜੀ ਨੇ ਸੁਣਾਓ ਹਮ ਭਾਜੀ ਕਹਿੰਦੇ ਹਾਂ ਮਾਮੂ ਛੋਟੀ ਵੀ ਗਾਉਂਦੀ ਆ ਹਮ ਤੇ ਡੈਡੀ ਮੇਰੇ ਕਹਿੰਦੇ ਹਾਂ ਹਾਂ ਸੁਣੋ ਤੇ ਸਹੀ ਜੀ ਤੇ ਸਦੀਕ ਭਾਜੀ ਆ ਗਏ ਘਰੇ ਤੇ ਬਹਿ ਗਏ ਮੈਨੂੰ ਕਹਿੰਦੇ ਚਲ ਸੁਣਾ ਕੀ ਹੋ ਕੀ ਸੁਣਾਏਗੀ ਮੈਂ ਕਿਹਾ ਜੀ ਮੈਂ ਨੂਰ ਜਹਾਂ ਜੀ ਦਾ ਗੀਤ ਮੈਨੂੰ ਆਦਾ ਜੀ ਉਹ ਕਹਿੰਦੇ ਚੰਦ ਸੁਣਾ ਫਿਰ ਹੂੰ ਸੁਣਾਇਆ ਫਿਰ ਫਿਰ ਮੈਂ ਸੁਣਾਇਆ ਗੀਤ ਨਾ ਜੀ ਤੇ ਉਹਨਾਂ ਨੇ ਇੰਨਾ ਹੌਸਲਾ ਦਿੱਤਾ ਮੈਨੂੰ ਨਾ ਗੀਤ ਸੁਣ ਕੇ ਹੂੰ ਕਹਿੰਦੇ ਇਹ ਤਾਂ ਕੁਲਦੀਪ ਤੋਂ ਵੀ ਵਧੀਆ ਗੀਤ ਹੋ ਜੀ ਅੱਛਾ ਬਸ ਫਿਰ ਮੈਨੂੰ ਇਹ ਜਿਵੇਂ ਨਾ ਕੋਈ ਡਿਗਰੀ ਮਿਲ ਗਈ ਹੁੰਦੀ ਆ ਉਹ ਐਡੇ ਵੱਡੇ ਛੇ ਵੱਡੇ ਉਸਤਾਦ ਦੀ ਡਿਗਰੀ ਮੈ ਜਾਣੀ ਬਿਲਕੁਲ ਉਹਨਾਂ ਦਾ ਪੂਰਾ ਨਾਂ ਸੀ ਤੂਤੀ ਬੋਲਦੀ ਸੀ ਕਿ ਉਹਨਾਂ ਦੀ ਪੂਰੀ ਅੱਛਾ ਸੁਣਾਓ ਫਿਰ ਉਹ ਗੀਤ ਜਿਹੜਾ ਉਹ ਸੁਣਾ ਸੀ ਆਪਾਂ ਕਿਉਂਕਿ ਯਾਦਾਂ ਤਾਜ਼ੀਆਂ ਹੋ ਜਾਣੀਆਂ ਨਾਲੇ ਓ ਮੀਤ ਸੀਗਾ ਤੇਰੀ ਵੰਝਲੇ ਦੀ ਮਿੱਠੜੀ ਤਾਨਵੇ ਮੈਂ ਤਾਂ ਹੋ ਗਈ ਕੁਰਬਾਨ ਵੇ ਮੈਂ ਤਾਂ ਹੋ ਗਈ ਕੁਰਬਾਨ ਵੇ ਮੰਜਲੀ ਦੀ ਤਾਨੇ ਵਿੱਚ ਰੂਹ ਮੇਰੀ ਬੋਲਦੀ ਹਾਂ ਅਜਲਾਂ ਦੇ ਕੱਜ ਹੋਏ ਪੇਦ ਪਈ ਖੋਲਦੀ ਪੇਦ ਪਈ ਖੋਲਦੀ ਮੈਨੂੰ ਆਪਣੇ ਤੋਂ ਵੱਖ ਰਹੀ ਨਾ ਜਾਣ ਵੇ ਮੈਂ ਤਹ ਹੋ ਗਈ ਕੁਰਬਾਨੀ ਦੇ ਮੈਂ ਤਾਂ ਹੋ ਗਈ ਕੁਰਬਾਨੀ ਦੇ ਜਦੋਂ ਇਹ ਗਾਣਾ ਗਾਉਣੇ ਉਹ ਸਮਾਂ ਯਾਦ ਆਉਂਦਾ ਤੁਹਾਨੂੰ ਤੁਹਾਡੀ ਅੱਠਾਂ ਜਨਰ ਆ ਰਿਆ ਪੰਜ ਸਾਲ ਲੱਗਦੇ ਸੀ ਉਹ ਉਸ ਸਮੇਂ ਦਾ ਬੈਠੇ ਹੋਏ ਵੀ ਬੜਾ ਮੇਰੇ ਲਈ ਫੀਲ ਹੁੰਦਾ ਵੀ ਉਹੀ ਪਹਿਲਾ ਦਿਨ ਸੀਗਾ ਉਹ ਹਾਂ ਕਿੰਨਾ ਵਧੀਆ ਟਾਈਮ ਸੀਗਾ ਉਹ ਅਜ਼ਲਾ ਅਜ਼ਲਾ ਸ਼ਬਦ ਆਇਆ ਅਜ਼ਲ ਮੇਰੇ ਬੇਟੇ ਦਾ ਨਾਮ ਆ ਗਿਆ ਅੱਛਾ ਅੱਛਾ ਇਹਦਾ ਮਤਲਬ ਹੈ ਮੈਨੂੰ ਪਤਾ ਹੈ ਬਹੁਤਿਆਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਪ੍ਰਾਣੇ ਗੀਤਾਂ ਦੇ ਵਿੱਚ ਜੇ ਆਪਾਂ ਕਹਿੰਦੇ ਕੋ ਉਹ ਸ਼ਬਦ ਵਰਤੇ ਹੁਣ ਸਰਤਾਜ ਹੁਣਾ ਦੇ ਗੀਤ ਦੇ ਵਿੱਚ ਵਰਦੇ ਆ ਅਜ਼ਲਾਂ ਤੋਂ ਹਾਂ ਅਜ਼ਲਾਂ ਤੋਂ ਵੀ ਬਹੁਤ ਵੱਡਾ ਤੇ ਮੁੱਦ ਤੋਂ ਹਾਂ ਅਜ਼ਲਾਂ ਕਹਿੰਦੇ ਮੁੱਦ ਤਾਂ ਕਹਿੰਦੇ ਜੀ ਹਰ ਇੱਕ ਇਹ ਉਰਦੂ ਦਾ ਲਫ਼ਜ਼ ਹੈ ਨਾ ਉਰਦੂ ਦਾ ਲਫ਼ਜ਼ ਹਰ ਇੱਕ ਨੂੰ ਨਹੀਂ ਪਤਾ ਨਹੀਂ ਪਤਾ ਲੱਗਦਾ ਬਹੁਤ ਖੂਬਸੂਰਤ ਸ਼ਬਦ ਹੁੰਦੇ ਸੀ ਨਾ ਗਾਣੇ ਸੋਹਣੇ ਬਹੁਤ ਸੋਹਣੇ ਅੱਛਾ ਅੱਗੇ ਫਿਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਿਤਾ ਜਾਂ ਮਾਤਾ ਨੂੰ ਦਾਦਾ ਜੀ ਨੇ ਨਹੀਂ ਛੇਤੀ ਪ੍ਰਵਾਨਗੀ ਦਿੱਤੀ ਜੀ ਜੀ ਪਰ ਜਿਹੜੇ ਕਲਾਕਾਰ ਹੁੰਦੇ ਉਹ ਫਿਰ ਵੀ ਕਿਤੇ ਨਾ ਕਿਤੇ ਉਡਾਰੀ ਭਾਰੀ ਲੈਂਦੇ ਨੇ ਹਾਂਜੀ ਉਹਨਾਂ ਨੇ ਫਿਰ ਉਹਨਾਂ ਦੇ ਅੰਦਰ ਹੁੰਦਾ ਕਿਉਂਕਿ ਗਾਇਕੀ ਤਾਂ ਜਾਂਦੀ ਨਹੀਂ ਜਾਂ ਸੰਗੀਤ ਕਿਸੇ ਵੀ ਖੇਤਰ ਦੀ ਗੱਲ ਕਰੀਏ ਹਾਂਜੀ ਤਾਂ ਉਹਨਾਂ ਨੇ ਗਾਇਆ ਫਿਰ ਤੁਹਾਡੇ ਚ ਖੂਨ ਦੇ ਰਾਹੀ ਪਹੁੰਚੇ ਹਨਾ ਤੇ ਫਿਰ ਤੁਸੀਂ ਵੀ ਤੁਹਾਨੂੰ ਤੁਸ ਆਖ ਨਹੀਂ ਆਈ ਹੋਣੀ ਕਿਉਂਕਿ ਮਾਤਾ ਪਿਤਾ ਦੀ سپورਟ ਹੀ ਚਾਹੀਦੀ ਹੁੰਦੀ ਸੀ سپورਟ ਸੀਗੀ ਇਸ ਕਰਕੇ ਖੱਜਲ ਖਰੀ ਨਹੀਂ ਹੋਈ ਜੋ ਅੱਜ ਕੱਲ ਆਮ ਕੁੜੀਆਂ ਨੂੰ ਮੌਨ ਨਹੀਂ ਦਿੱਤਾ ਜਾਂਦਾ ਹਾਂਜੀ ਕਿਉਂਕਿ ਸ਼ਰੀਕ ਹੀ ਜ਼ਿਆਦਾ ਐ ਕਰਦੇ ਆ ਜਿਵੇਂ ਕਿਉਂਕਿ ਬਾਕੀ ਇਹ ਆ ਵੀ ਘਰੇ ਵੀ ਨਾਮੀ ਸਿੰਗਰ ਆਉਂਦੇ ਸੀਗੇ ਹਾਂਜੀ ਹਾਂਜੀ ਜਗਤ ਸਿੰਘ ਜੱਗਾ ਜੀ ਦੇ ਤਾਂ ਸ਼ਗਿਰਦ ਸੀ ਮੇਰੇ ਡੈਡੀ ਜੀ ਜਮਲਾ ਪਰਿਵਾਰ ਵਿੱਚੋਂ ਮਤਲਬ ਇਹ ਹੋਏ ਆ ਸਾਡੀ ਜਿਵੇਂ ਕਿ ਦਾਦਾ ਗੁਰੂ ਲੱਗਦੇ ਜਮਲਾ ਜੀ ਜੀ ਡੈਡੀ ਦੇ ਜੱਗਾ ਜੀ ਦੇ ਗੁਰੂ ਸੀਗੇ ਉਹ ਜੀ ਤੇ ਜੱਗਾ ਜੀ ਡੈਡੀ ਦੇ ਗੁਰੂ ਸੀ ਹੂੰ ਨਰਿੰਦਰ ਬੀਬਾ ਜੀ ਵੀ ਮੈਂ ਸੰਟੀਕ ਟਿਕ ਟਿਕ ਗੁਰਪਾਈ ਸੀਗੇ ਜੱਗਾ ਜੀ ਤੇ ਬੀਬਾ ਜੀ ਜੀ ਜਮਲਾ ਜੀ ਦੇ ਸ਼ਗਿਰਦ ਸੀ ਇਸ ਕਰਕੇ ਉਹਨਾਂ ਦੇ ਆਉਣਾ ਜਾਣਾ ਸੀਗਾ ਡੈਡੀ ਹਣੀ ਪੰਜਾਬ ਆਉਂਦੇ ਸੀ ਜਦੋਂ ਉਹਨਾਂ ਨੇ ਜਮਲਾ ਜੀ ਕੋ ਜੱਗਾ ਜੀ ਕੋ ਜਾਣਾ ਫਿਰ ਨਰਿੰਦਰ ਬੀਬਾ ਜੀ ਨੇ ਬੁਲਾ ਲੈਣਾ ਜੀ ਵੀ ਆ ਜਾ ਤੋ ਡੈਡੀ ਨੂੰ ਉਹ ਵੀ ਭੈਣ ਬਣੀ ਸੀ ਜੀ ਡੈਡੀ ਦੀ ਫਿਰ ਰਮਲਾ ਸਾਹਿਬਾ ਜਿਵੇਂ ਮਤਲਬ ਹੋਇਆ ਤੁਹਾਡਾ ਜੋੜੀ ਕਿਵੇਂ ਬਣੀ ਰਮਲਾ ਜੀ ਸੁਦੀਕ ਭਾਜੀ ਦੇ ਘਰ ਆਉਂਦੇ ਹੁੰਦੇ ਸੀ ਨਾ ਹੂੰ ਉਹਨਾਂ ਨਾਲ ਜਿਵੇਂ ਸਾਧ ਆਉਣ ਲਈ ਇੱਕ ਗਾਣਾ ਗਾਉਂਦੇ ਨੇ ਤੁੰਬੀ ਤੇ ਹੂੰ ਸੁਦੀਕ ਭਾਜੀ ਉਹਨੇ ਜਦੋਂ ਲੈ ਕੇ ਜਾਂਦੇ ਹੁੰਦੇ ਸ੍ਰੀ ਬਰਹਾਮਾ ਤੇ ਤੇ ਰਮਲਾ ਜੀ ਨੂੰ ਵੀਲ ਲੈ ਕੇ ਜਾਂਦੇ ਨਾਲ ਲੈ ਕੇ ਜਾਂਦੇ ਸੀ ਹਾਂਜੀ ਤੇ ਉਹ ਫਿਰ ਉੱਥੇ ਜਦੋਂ ਮੇਰੀ ਆਵਾਜ਼ ਸੁਣੀ ਨਾ ਜਦੋਂ ਮੈਂ ਗਾਉਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਫਿਰ ਸੁਦੀਕ ਭਾਜੀ ਨੇ ਜਦੋਂ ਆਹ ਕਹੇ ਤੇ ਨਾ ਹੂੰ ਫਿਰ ਮੈਂ ਬਸ ਮੈਂ ਤਾਂ ਕਿਹਾ ਵੀ ਮੈਂ ਤਾਂ ਗਾਉਣਾ ਆ ਮੰਮੀ ਹੁਣੀ ਵੀ ਕਹਿਣ ਲੱਗੇ ਚਲੋ ਹੈ ਨਾ ਜੇ ਹੁਣ ਅੱਛੀ ਆਵਾਜ਼ ਆ ਤਾਂ ਜ਼ਰੂਰ ਹੈ ਨਾ ਪਰ ਪਹਿਲੀਆਂ ਜੋੜੀਆਂ ਚ ਰਹੇ ਤੁਸੀਂ ਜਦੋਂ ਰਮਲਾ ਸਾਹਿਬ ਨਾਲ ਸ਼ੁਰੂਆਤ ਕੀਤੀ ਫਿਰ ਤਾਂ ਇਹੋ ਜਿਹਾ ਟਾਈਮ ਦੇਖਿਆ ਜਿਹੜਾ ਕਿ ਸੋਚਿਆ ਵੀ ਨਹੀਂ ਸੀ ਕਿੰਨੇ 3 ਸਾਲ ਤੱਕ ਤੁਸੀਂ ਉਹਨਾਂ ਨਾਲ 3 ਸਾਲ ਚੌਥੇ ਸਾਲ ਚ ਤਾਂ ਗਰੁੱਪ ਟੁੱਟ ਰਮਲਾ ਸਾਹਿਬ ਸ਼ੁਰੂਆਤ ਹੀ ਉੱਥੋਂ ਹੋਈ ਮੈਨੂੰ ਲੱਗੇ ਤੁਹਾਡੇ ਮੇਰੇ ਤੋਂ ਸ਼ੁਰੂਆਤ ਤੁਹਾਡੇ ਜੀ ਹਾਂ ਜੀ ਹਮ ਪਹਿਲੋਂ ਹੋਇਆ ਸੀਗਾ ਇੱਕ ਉਹਨਾਂ ਦਾ ਈਪੀ ਗਾਣਾ ਜਿਵੇਂ ਚਾਰ ਗੀਤਾਂ ਦਾ ਜੀ ਉਹ ਰਾਜਨ ਨਾਲ ਸੀ ਰਜਿੰਦਰ ਰਾਜਨ ਸੀ ਨਾ ਜੀ ਉਹਨਾਂ ਨਾਲ ਆਇਆ ਸੀ ਉਹਨਾਂ ਦਾ ਗਾਣਾ ਪਰ ਉਹ ਕੋਈ ਜਿਆਦਾ ਚਰਚਾ ਨਹੀਂ ਕੋਈ ਗਾਣਾ ਵਧੀਆ ਵਿਕੇਆ ਸੀਗਾ ਹੂੰ ਨਾਂ ਨਹੀਂ ਬਣਿਆ ਹੋਣਾ ਜਾਂ ਇਹਨਾਂ ਨੇ ਗੈਪ ਪਾ ਲਿਆ ਜਾਂ ਕਿਵੇਂ ਹੂੰ ਤੇ ਉਸ ਤੋਂ ਬਾਅਦ ਮੇਰੇ ਨਾਲ ਹੀ ਗਾਣੇ ਫਿਰ ਉਹ 3 ਸਾਲ ਚੱਲ ਸੋ ਚੱਲ ਹਾਂ ਹਾਂ ਜੀ ਇੱਕ ਇੱਕ ਮਹੀਨੇ 'ਚ ਮੇਰੇ ਕੋਲ ਰਿਕਾਰਡਿੰਗ ਸਾਡੀ ਦੋ ਦੋ ਵਾਰੀ ਦਿੱਲੀ ਜਾਇਦਾ ਸੀਗਾ ਉਦੋਂ ਤਾਂ ਰਿਕਾਰਡਿੰਗ ਵੀ ਇਹ ਹੁੰਦੀ ਸੀ ਇਹ ਟਾਈਮ ਲੈਣਾ ਪੈਂਦਾ ਸੀਗਾ ਕੰਪਨੀ ਇੰਨੀ ਜਿਆਦਾ ਰਿਕਾਰਡਿੰਗ ਹੂੰ ਤਾਂ ਬੰਦਾ ਕਹਿੰਦਾ ਇੰਨਾ ਕੱਟ ਕੇ ਲਾ ਲਓ ਜੀ ਕਈ ਵਾਰੀ ਘਰੋਂ ਵੀ ਬੰਦਾ ਰਿਕਾਰਡ ਕਰਕੇ ਭੇਜ ਦਿੰਦਾ ਹਾਂਜੀ ਹੁਣ ਸੌਖਾ ਹੋ ਗਿਆ ਕਾ ਹੁਣ ਬਹੁਤ ਸੌਖਾ ਹੋ ਗਿਆ ਆ ਤੁਹਾਨੂੰ ਨਹੀਂ ਲੱਗਦਾ ਜੀ ਅੱਜ ਵਾਲੇ ਸਮੇਂ ਚ ਹੁੰਦੇ ਤਾਂ ਬੜੇ ਸੌਖੇ ਹੁੰਨੇ ਸੀ ਪਰ ਮੈਨੂੰ ਲੱਗਦਾ ਅੱਜ ਦੇ ਸਮੇਂ ਚ ਜੇ ਹੁੰਦੇ ਨਾ ਤੇ 5 ਇੱਕ ਸਾਲ ਬਾਅਦ ਅਸੀਂ ਗਾਉਣਾ ੜ ਜਾਣਾ ਸੀ ਕਿਉਂ ਯਾਨੀ ਲੋਕਾਂ ਨੇ ਕੀ ਕਾਜ ਕਰ ਕਲਾ ਕਰਨਾ ਉਹ ਕਿਰਿਆ ਕਿੰਨਾ ਕਿੰਨੀ ਦੇਰ ਉਮਰ ਅਜ ਤਾਂ ਡਾਂਗਾ ਛੋਟੇ ਬਾਲੇ ਚੱਕਦੇ ਆ ਹੈ ਹਾਂਜੀ ਹਾਂਜੀ ਬਿਲਕੁਲ ਪਹਿਲਾਂ ਬਾਜੇ ਚੱਕਦੇ ਸੀ ਹੁਣ ਹਥਿਆਰ ਚੱਕਦੇ ਆ ਸਹੀ ਗੱਲ ਇਹ ਹੋਇਆ ਨਾ ਹੁਣ ਵਾਪਰਿਆ ਬਹੁਤ ਜ਼ਿਆਦਾ ਪ੍ਰਮੋਟ ਹੋਇਆ ਜੀ ਇਹ ਪਹਿਲਾਂ ਪਹਿਲਾਂ ਲੜਾਈਆਂ ਝਗੜੇ ਅਸਲਾ ਮੈਂ ਦੇਖਦਾ ਜੀ ਪੁਰਾਣੇ ਗਾਣੇ ਆਪਾਂ ਸੁਣਦੇ ਉਹ ਸਾਜ਼ ਵੀ ਬਹੁਤ ਘੱਟ ਹੁੰਦੇ ਸੀਗੇ ਹਾਂਜੀ ਹਾਂਜੀ ਬਿਲਕੁਲ ਹਰਮੋਨੀਅਮ ਢੋਲਕ ਹਨ ਬਹੁਤ ਘੱਟ ਸਾਜ਼ ਹੁੰਦੇ ਹੁਣ ਤਾਂ ਸਾਜ਼ ਹੀ ਬਹੁਤ ਹੁੰਦਾ ਦੋ ਗੱਡੀਆਂ ਸਾਜ਼ੀਆਂ ਦੀਆਂ ਨਹੀਂ ਹੁੰਦੀਆਂ ਇੱਕ ਸਾਊਂਡ ਹੁੰਦੀ ਆ ਹੂੰ ਯਾਨੀ ਚਾਰ ਗੱਡਾ ਸੇ ਤਾਂ ਇੱਕ ਗੱਡੀ ਚ ਚੱਲੇ ਜਾਂਦੇ ਲੋਕਰ ਮੇਰੇ ਵਾਂਗੂ ਹੋਏ ਹੋਏ ਵਾਲੇ ਹੁੰਦੇ ਆ ਪਿੱਛੇ ਕਰਨ ਵਾਲੇ ਤਿੰਨ ਜਣੇ ਤਾਂ ਬੈਕ ਤੇ ਗਾਉਣ ਵਾਲੇ ਹੁੰਦੇ ਆ ਉਹੀ ਮੈਂ ਕਹਿੰਦਾ ਤਿੰਨ ਜਣੇ ਮਾਈਕ ਲੈ ਕੇ ਖੜੇ ਹੁੰਦੇ ਆ ਜੀ ਪਤਾ ਨਹੀਂ ਇਹ ਕਿਹੋ ਜਿਹਾ ਮਤਲਬ ਅੱਜਕੱਲ ਡਿਊਟ ਗਾਣੇ ਦੇਖ ਲਓ ਡਿਊਟ ਗਾਉਂਦੇ ਹੁੰਦੇ ਆ ਦੋ ਜਣੇ ਹੂੰ ਪਿੱਛੇ ਜਿਹੜੇ ਤਿੰਨ ਜਣੇ ਖੜੇ ਹੁੰਦੇ ਆ ਉਹ ਵੀ ਡਿਊਟ ਵਾਲੇ ਦੇ ਨਾਲ ਗਾਉਂਦੇ ਹੁੰਦੇ ਆ ਹਾਂ ਸਦੀਕ ਭਾ ਜੀ ਇੱਕ ਵਾਰੀ ਕਿਹਦੇ ਵੀ ਡਿਊਟ ਗਾਣਾ ਕਿ ਪੰਜ ਪੰਜ ਜਣਿਆਂ ਦਾ ਗਾਣਾ ਆ ਬਈ ਇਹਨੇ ਤਿੰਨ ਪਿੱਛੇ ਖੜੇ ਆ ਦੋ ਜਣੇ ਸਦੀਕ ਭਾ ਜੀ ਕਰਦੇ ਸੀ ਕਿਉਂਕਿ ਤੁਹਾਡਾ ਉਹ ਸਮਾਂ ਤੁਸੀਂ ਦੇਖਿਆ ਮੈਂ ਵੀ ਸਦੀਕ ਸਾਹਿਬ ਸਾਲ ਨੂੰ ਸੁਣਿਆ ਹਣਾ ਜੀ ਜੀ ਉਹ ਜਿਹੜਾ ਉਹਨਾਂ ਦਾ ਗਾਉਣ ਹੁੰਦਾ ਸੀ ਉਹ ਇੱਕ ਨਾਟਕੀ ਰੂਪਾਂਤਨ ਕਹਿ ਦਈਏ ਨਾਟਕ ਵੀ ਚੱਲਦਾ ਰਹਿੰਦਾ ਸੀ ਉਹ ਜਦੋਂ ਐਂ ਕਰਤੇ ਨੇ ਇਹ ਜੇ ਕਰਦੇ ਨੇ ਚ ਹਣਾ ਉਹ ਲੋਕਾਂ ਨੂੰ ਸਟੋਰੀ ਲਾਦੀ ਸੀ ਹੁਣ ਸਿਰਸ ਦਾ ਉਹ ਲੋਕ ਗਾਉਂਦੇ ਨੇ ਸਿੰਗਰ ਕਹਾਣੀ ਕਈ ਵਾਰੀ ਨਹੀਂ ਵੀ ਸਮਝ ਲਾਦੀ ਪਰ ਉਹ ਕਹਾਣੀ ਬਣਾ ਦਿੰਦੇ ਸੀ ਹੁਣ ਤਾਂ ਖੜਕੇ ਚ ਹੀ ਨਹੀਂ ਪਤਾ ਲੱਗਦਾ ਸਿੰਗਰ ਕੀ ਕਹਿ ਰਿਹਾ ਹੂੰ ਖੜਕਾ ਹੀ ਇੰਨਾ ਜ਼ਿਆਦਾ ਹੁੰਦਾ ਐ ਸਾਊਂਡ ਨੇ ਸਾਊਂਡ ਇੰਨੀ ਸ਼ਾਰਪ ਹੁੰਦੀ ਆ ਪਿੱਛੇ ਜਿਹੜੇ ਮਿਊਜ਼ੀਸ਼ੀਅਨ ਆ ਉਹਨਾਂ ਨੇ ਆਪਣੀ ਆਵਾਜ਼ ਛੱਡੀ ਹੁੰਦੀ ਆ ਵੀ ਸਾਡੀ ਸੁਣ ਜਵੇ ਜੀ ਕਲਾਕਾਰ ਸੋਨੇ ਚੈਨਾ ਸੋਨੇ ਜੀ ਆ ਕੁਝ ਬਹੁਤ ਜ਼ਿਆਦਾ ਹੋ ਰਿਹਾ ਕੋਈ ਵੀ ਗਾਣਾ ਰਮਲਾ ਸਾਹਿਬ ਦਾ ਜਿਹੜਾ ਤੁਹਾਡੇ ਲੱਗਦਾ ਹੋਵੇ ਆ ਬੜਾ ਗਾਣਾ ਮੈਨੂੰ ਦਿਲ ਦਾ ਕਰੀਬ ਆ ਜਾਂ ਕਦੇ-ਕਦੇ ਬੈਠੇ-ਬੈਠੇ ਗਾ ਲੈਂਦੇ ਹਾਂ ਹਾਂਜੀ ਹਾਂਜੀ ਜੀ ਉਹ ਗਾਣਾ ਹੈਗਾ ਭਾਬੀ ਪੱਟਿਆ ਫਿਰਮੇ ਵੱਡੇ ਵੀਰ ਦੀ ਪ੍ਰੇਮ ਕੁਰਸਾ ਤੁਹਾਡੇ ਵਾਲਿਆਂ ਲੈਣਾ ਸੁਣਾ ਦਿਓ ਹਾਂਜੀ ਮੇਰੇ ਵਾਲਾ ਸੁਣਾ ਦਿਨੀ ਆ ਇਹ ਕੱਲੀ ਪੰਜਾਂ ਭੈਣਾਂ ਦਾ ਸ਼ਿੰਗਾਰ ਵੇ ਦਿਉਰਾ ਹੌਲਾ ਪਿਪਿਲੀ ਦੇ ਪਤ ਨਾਲੋਂ ਪਾਰ ਵੇ ਦਿਉਰਾ ਹੋਲਾ ਪਿਪਲੀ ਦੇ ਪਤ ਨਾਲੋਂ ਪਾਰ ਵੇ ਦਿਉਰਾ ਪੈਂਦਾ ਰੂਪ ਡੁੱਲ ਡੁੱਲ ਮੂਹੋ ਕੀ ਰਦੀ ਨੇ ਫੁੱਲ ਅੰਗਾਂ ਅੰਗ ਤੇ ਨਖਾਰਿਉ ਦੇ ਆਇਆ ਵੇ ਦਿਉਰਾ ਵੱਡਿਆ ਸ਼ਕੀਨਾ ਵੱਡਿਆ ਸ਼ਕੀਨਾ ਹੱਥ ਟੋਪਦੀ ਕੁੜੀ ਨੂੰ ਪਾਇਆ ਵੇ ਦਿਉਰਾ ਵੱਡਿਆ ਸ਼ਕੀਨਾ ਵੱਡਿਆ ਸ਼ਕੀਨਾ ਹੱਥ ਟੋਪਦੀ ਕੁੜੀ ਨੂੰ ਪਾਇਆ ਵੇ ਹੱਦਿਉਰਾ ਵੱਡਿਆ ਸ਼ਕੀਨਾ ਅੱਛਾ ਜਦੋਂ ਇਹ ਗਾਣੇ ਗਾਉਂਦੇ ਸੀਗੇ ਤੁਸੀਂ ਉਸ ਸਮੇਂ ਰਮਲਾ ਸਾਹਿਬ ਨਾਲ ਗਾਣੇ ਗਾਉਂਦੇ ਸੀਗੇ ਜੀ ਜੀ ਇਹ ਗਾਣੇ ਉਦੋਂ ਮੋਟਰਾਂ ਤੇ ਲਿਜਾ ਕੇ ਸੁਣਨੇ ਪੈਂਦੇ ਸੀਗੇ ਅਸੀਂ ਸੁਣਦੇ ਸੀ ਅਸੀਂ ਤਾਂ ਚਲੋ ਛੋਟੇ ਆ ਅੱਛਾ ਕਹਿੰਦੇ ਸੀ ਗਾਣੇ ਸਾਨੂੰ ਮੋਟਰ ਤੇ ਲਿਜਾ ਕੇ ਸੁਣਨੇ ਪੈਂਦੇ ਆ ਅੱਛਾ ਜੀ ਤੁਹਾਨੂੰ ਨਹੀਂ ਲੱਗਿਆ ਕਦੇ ਵੀ ਯਾਰ ਇਹ ਇਸ ਤਰ੍ਹਾਂ ਦੇ ਜਿਵੇਂ ਦੋ ਆਰਥੀ ਗਾਣੇ ਜਾਦੇ ਹੁੰਦੇ ਸੀਗੇ ਜਾਂ ਆਪਾਂ ਕਹਿੰਦੇ ਨੇ ਗਰਮ-ਗਰਮ ਜਿਹੇ ਗਾਣੇ ਕਈ ਕਸ਼ਟਾਂ ਦੇ ਨਾਮ ਵੀ ਹੁੰਦੇ ਗਰਮ ਗੀਤ ਤੇ ਡਰਾਈਵਰ ਸੁਣਦੇ ਸੀ ਜਾਂ ਫਿਰ ਖੇਤ ਦੇ ਜਾ ਕੇ ਤੁਸੀਂ ਕਦੇ ਮਹਿਸੂਸ ਨਹੀਂ ਕੀਤਾ ਆਰਥੋਂ ਦੇ ਨਾਤੇ ਵੀ ਨਹੀਂ ਗਾਉਣੇ ਚਾਹੀ ਮੈਂ ਉਹ ਦਿਨ ਤਿੰਨ ਸਾਲ ਹੀ ਗਾਇਆ ਹੈ ਨਾ ਤੇ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਮੈਂ ਸਤਵੀਂ ਦੀਆਂ ਕਿਤਾਬਾਂ ਮਤਲਬ ਪੜਦੀ ਪੜਦੀ ਨੇ ਲਈਆਂ ਹੀ ਸੀਗੀਆਂ ਤੇ ਗਾਉਣਾ ਸ਼ੁਰੂ ਕਰਤਾ ਸੀਗਾ ਇਹ ਹੈਗੀ ਆ 78 ਦੀ ਗੱਲ ਹੂੰ 78 ਦਸੰਬਰ ਨੂੰ ਇਹ ਗਾਣਾ ਸਾਡਾ ਆ ਗਿਆ ਸੀਗਾ ਤੁਸੀਂ ਉਦੋਂ ਸੱਤਵੀਂ ਕਲਾਸ ਮੈਂ ਸਤਵੀਂ 14 ਸਾਲ ਦੀ ਸੀਗੀ ਹੂੰ ਤੇ ਉਹ ਗਾਣਾ ਆ ਗਿਆ ਸੀਗਾ ਇੱਕੋ ਜਿਹਿਆਂ ਤੋਂ ਭੈਣਾ ਵੇ ਤੂੰ ਆਸ਼ਕ ਕਿਹੜੀ ਤੇ ਮਤਲਬ ਤੁਸੀਂ ਕਹਿੰਦੇ ਹੋ ਵੀ ਮੈਨੂੰ ਉਦੋਂ ਸਮਝ ਨਹੀਂ ਆਈ ਸੀ ਮੇਰੀ ਇਹ ਜੀ ਬਹੁਤ ਛੋਟੀ ਸੀ ਇੱਕ ਹਰਿਆਣੇ ਚ ਆਏ ਸੀ ਸੰਤੋ ਪਤਾ ਹੀ ਨਹੀਂ ਸੀ ਪੰਜਾਬੀ ਬੋਲਦੇ ਪੂਰੀ ਠੇਢ ਠਿਆਂ ਜਿਵੇਂ ਪਰ ਠੇਢ ਸ਼ਬਦ ਨਹੀਂ ਪਤਾ ਠੇਢ ਸ਼ਬਦ ਦਾ ਨਹੀਂ ਪਤਾ ਵੀ ਇਹਦਾ ਮਤਲਬ ਕੀ ਆ ਮਾਪਿਆਂ ਨੇ ਨਹੀਂ ਦੱਸਿਆ ਡੈਡੀ ਨਾਲ ਹੁੰਦੇ ਸੀ ਨਾ ਉਦੋਂ ਗਾਣੇ ਵੀ ਇਹੋ ਜਿਹੇ ਚੱਲਦੇ ਸੀਗੇ ਮਤਲਬ ਇਹ ਨਹੀਂ ਸੀ ਇੰਨੇ ਗੰਦੇ ਗਾਣੇ ਵੀ ਨਹੀਂ ਜਿੰਨਾ ਹੁਣ ਹੁਣ ਜ਼ਿਆਦਾ ਮਤਲਬ ਹੋ ਰਿਹਾ ਆ ਹੂੰ ਇੰਨੇ ਗੰਦੇ ਗਾਣੇ ਵੀ ਨਹੀਂ ਸੀਗੇ ਪਰ ਹੁਣ ਤੁਹਾਨੂੰ ਲੱਗਦਾ ਮਤਲਬ ਕਦੇ ਕਦੇ ਦਿਲ 'ਚ ਅਫਸੋਸ ਹੁੰਦਾ ਨੀ ਹੁਣ ਤਾਂ ਮੈਂ ਗਾਣੇ ਕਰਦੀ ਵੀ ਨਹੀਂ ਹਜੇ ਕੋਈ ਹੂੰ ਡਿਊਟ ਦੇ ਜੇ ਕੋਈ ਆਫਰ ਵੀ ਆਉਂਦਾ ਤਾਂ ਮੈਂ ਨਹੀਂ ਕਰਦੀ ਮੈਨੂੰ ਸਮਝ ਆ ਗਈ ਨਾ ਵੀ ਇਹ ਗਾਣੇ ਕੋਈ ਡਬਲ ਮਾਈ ਤੁਸੀਂ ਇਹ ਕਹਿ ਰਹੇ ਹੋ ਵੀ ਮਤਲਬ ਤੁਹਾਨੂੰ ਲੱਗਦਾ ਕਿ ਵੀ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦੇ ਗਾਣੇ ਜਾਂ ਦੋ ਅਰਥੀ ਜਾਂ ਹੋਣੇ ਚਾਹੀਦੇ ਨਹੀਂ ਮੈਂ ਇਹ ਤਰੀਕੇ ਦੇ ਦੇਖੋ ਹਰ ਘਰ ਦੀ ਸਟੋਰੀ ਆ ਇੱਕ ਜਿੱਦੇ ਜਿਹੜੇ ਦਿਓਰ ਪਰਜਾਈ ਦੀ ਵੀ ਇਹ ਸਟੋਰੀ ਦਿਓਰਤੋ ਰਿਸ਼ਤਾ ਮੰਗਦਾ ਨਾ ਹੂੰ ਤੇ ਉਹ ਆਪਣੀ ਭੈਣ ਦੀ ਤਰੀਫ ਕਰ ਰਹੀ ਐ ਚ ਬੁਰਾ ਤਾਂ ਕੁਝ ਵੀ ਨਹੀਂ ਗਾ ਹਨਾ ਹੂੰ ਉਹ ਕਹਿੰਦਾ ਵੀ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੂੰ ਵੀ ਭਾਬੀ ਪੱਟਿਆ ਫਿਰਾ ਮੈਂ ਵੱਡੇ ਵੀਰ ਦੀ ਪ੍ਰੇਮਕੌਰ ਸਾਲੀ ਦਾ ਹਨਾ ਇੱਚ ਕੋਈ ਬੁਰੀ ਗੱਲ ਤਾਂ ਨਹੀਂ ਹੈਗੀ ਪੱਟਿਆ ਫਿਰਾ ਮੈਂ ਇਹ ਹੁੰਦਾ ਵੀ ਉਹਨੂੰ ਪਸੰਦ ਆ ਮਤਲਬ ਠੇਡ ਸ਼ਬਦ ਨੇ ਠੇਡ ਸ਼ਬਦ ਨੇ ਹਨਾ ਨਹੀਂ ਇਹ ਚਲੋ ਆਪਾਂ ਇੱਕ ਗੀਤ ਦੀ ਗੱਲ ਕਰਦੇ ਜਿਵੇਂ ਮਤਲਬ ਤੁਸੀਂ 3 ਸਾਲ ਰਹੇ ਹੋ ਰਮਲਾ ਸਾਹਿਬ ਨਾਲ ਬਹੁਤ سارے ਗਾਣੇ ਨੇ ਹਾਂ ਕੱਢ ਵੀ ਸਕਦੇ ਹੋ ਉਹਨਾਂ ਦੇ ਗਾਣੇ ਬਹੁਤ ਸਾਰੇ ਤਾ ਕਦੇ ਲੱਗਦਾ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਹੁਣ ਮੈਂ ਉਹ ਗਾਣੇ ਨਹੀਂ ਗਾਉਣਾ ਪਸੰਦ ਕਰਾਂਗੀ ਹਾਂ ਹੁਣ ਨਹੀਂ ਮੈਂ ਜਿਹਦੇ ਚ ਕੋਈ ਵੀ ਬਲਗਰ ਲਫ਼ਜ਼ ਆ ਨਾ ਹੂੰ ਹੁਣ ਨਹੀਂ ਮੈਂ ਗਾਉਣਾ ਚਾਹੁੰਦੀ ਨਹੀਂ ਗਾਉਂਗੀ ਯਾਨੀ ਕਿ ਮੈਂ ਵੀ ਮੈਨੂੰ ਕੋਈ ਆਫਰ ਕਰੇ ਤੇ ਮੈਂ ਸੋਚਾਂ ਵੀ ਚੱਲ ਮੈਂ ਗਾ ਲਾਂ ਹੁਣ ਨਹੀਂ ਕੋਈ ਵੈਸੇ ਕਮਾਉਣ ਦੀ ਮਾਰੀ ਨਹੀਂ ਹੁਣ ਨਹੀਂ ਮੈਂ ਗਾਣਾ ਚਾਹੁੰਗੀ ਇਹੋ ਜਿਹੇ ਗਾਣਾ ਕੋਈ ਜਿਹਦਾ ਦੋਹਰਾ ਲਫ਼ਜ਼ ਹੋਵੇ ਹੂੰ ਰਮਣਾ ਸਾਹਿਬ ਤੋਂ ਬਾਅਦ ਫਿਰ ਤੁਸੀਂ ਪਾਰਸ ਹੁਣਾਂ ਦਾ ਵੀ ਹਾਂਜੀ ਪਾਰਸ ਜੋੜੀ ਬਣਦੀ ਹਾਂਜੀ ਹਾਂਜੀ ਫਿਰ ਉਹ ਉਦੋਂ ਵੀ ਤੁਹਾਡੇ ਗਾਣੇ ਜਿਹੜੇ ਆ ਉਹ ਜ਼ਿਆਦਾਤਰ ਉਸੇ ਤਰ੍ਹਾਂ ਦੇ ਰਹਿੰਦੇ ਆ ਤੁਸੀਂ ਕਹਿੰਦੇ ਹੋ ਕਿ ਉਦੋਂ ਤਾਂ ਮੇਰੀ ਸਮਝ ਨਹੀਂ ਸੀਗੀ ਵੀ 7 ਸਾਲ ਦੇ ਸੀਗੇ ਹਾਂ 7 17 18 ਸਾਲ ਦੇ ਸੀਗੇ ਉਦੋਂ 17 18 ਸਾਲ ਦੀ ਹੋ ਗਈ ਹੋਗੀ ਨਹੀਂ 18 ਸਾਲ ਦੇ ਬੱਚੇ ਨੂੰ ਤਾਂ ਸਮਝ ਹੋ ਜਾਂਦੀ ਆ ਪਤਾ ਨਹੀਂ ਉਹ ਫਿਰ ਨਾ ਕੁਝ ਗਾਏ ਮੇਰੀਆਂ ਕੋਈ ਦੌਰੀ ਇਹ ਹੋ ਜਾ ਆ ਗਿਆ ਹਾਂਜੀ ਦੌਰ ਐਵੇਂ ਦਾ ਸੀ ਨਾਲੇ ਦੋ ਹੀ ਟੇਪ ਮੇਰੀਆਂ ਉਹਦੇ ਨਾਈਆਂ ਇੱਕ ਐਲਪੀ ਰਿਕਾਰਡ ਆਇਆ ਜੀ ਤੇ ਉਦੋਂ ਕੰਮ ਬਹੁਤ ਸੋਹਣਾ ਦੀ ਗੱਲ ਕਰ ਪਰ ਸੋਹਣਾ ਦੀ ਜੀ ਐਲਪੀਰ ਕੋਡ ਆ ਜਦੋਂ ਅਸੀਂ ਪਹਿਲੀ ਵਾਰ ਮਤਲਬ ਗਰੁੱਪ ਬਣਿਆ ਸੀ ਜੀ ਤੇ ਉਹ ਮੇਰੇ ਗਰੁੱਪ ਚ ਮਤਲਬ ਕਿ ਉਹਦਾ ਇੱਕ ਐਗਰੀਮੈਂਟ ਸੀਗਾ ਕਿ ਉਹ 300 ਰੁਪਏ ਲੈਂਦਾ ਸੀ ਮੇਤੋਂ ਹੂੰ ਤੇ 3 ਸਾਲ ਉਹਨੇ ਮੇਰੇ ਨਾਮ ਪ੍ਰੋਗਰਾਮ ਕਰਨੇ ਸੀ ਹੂੰ ਕਿਉਂਕਿ ਬਿਲਕੁਲ ਨਵਾਂ ਸੀਗਾ ਉਹਨੂੰ ਕੋਈ ਜਾਣਦਾ ਨਹੀਂ ਸੀ ਜੀ ਤੁਹਾਡਾ ਨਾਂ ਸੀ ਹਾਂਜੀ ਮੇਰਾ ਨਾਂ ਸੀ ਮੈਂ ਕਿਸੇ ਨਾਲ ਵੀ ਰਿਕਾਰਡਿੰਗ ਕਰਾਉਂਦੀ ਸੀ ਤੇ ਮੈਨੂੰ ਨਾਂ ਨਹੀਂ ਸੀ ਕਰਦੇ ਐਚਐਮਵੀ ਵਾਲੇ ਜੀ ਤੇ ਲੋਕਾਂ ਨੇ ਵੀ ਬੜਾ ਨਵਾਜਿਆ ਮੈਂ ਤਾਂ ਸਭ ਦੀ ਬਹੁਤ ਧੰਨਵਾਦ ਦੀਆਂ ਉਹਨਾਂ ਦਾ ਦੇਣ ਦੇ ਨਹੀਂ ਸਕਦੇ ਐਵੇਂ ਨਹੀਂ ਲੋਕੀ ਕਹਿੰਦੇ ਵੀ ਸਾਡੇ ਰੱਬ ਵਰਗੇ ਸਰੋਤੇ ਵਾਕਈ ਰੱਬ ਵਰਗੇ ਨੇ ਹੂੰ ਕਿੰਨੇ ਕਲਾਕਾਰਾਂ ਨੂੰ ਹਨਾ ਸੁਣਦੇ ਆ ਉਹ ਹਨਾ ਇਹ ਤਨੀ ਕਲਾਕਾਰ ਨੂੰ ਤਾਂ ਅਹਿਸਾਸ ਨਹੀਂ ਹੁੰਦਾ ਨਾ ਵੀ ਕਦੋਂ ਰਾਤੋਂ ਰਾਤ ਹਨਾ ਤੁਸੀਂ ਤਾਂ ਇਹ ਮੰਨ ਰਹੇ ਹੋ ਗੱਲ ਵੀ ਚਲੋ ਉਦੋਂ ਗਾਣੇ ਗਾਏਗੇ ਹਾਂਜੀ ਸਮਝ ਸੀ ਜਾਂ ਨਹੀਂ ਸੀ 18 ਸਾਲ ਚਲੋ ਆ ਜਾਂਦੀ ਹੈ ਬੱਚੇ ਨੂੰ ਪਰ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਮੈਂ ਅੱਜ ਨਹੀਂ ਗਾਉਣਾ ਹੁਣ ਇਹ ਗਾਣਾ ਹੂੰ ਹੂੰ ਜਿਹੜੇ ਹੁਣ ਗਾਉਂਦੇ ਉਹਨਾਂ ਲਈ ਕੀ ਸੁਣਿਆ ਤੁਹਾਡਾ ਇਹ ਹੁਣ ਵੀ ਕਈ ਵਾਰ ਆ ਜਾਂਦਾ ਇਸ ਤਰ੍ਹਾਂ ਦੇ ਗਾਣੇ ਆ ਜਾਂਦੇ ਨੇ ਹਾਂਜੀ ਤੁਹਾਨੂੰ ਲੱਗਦਾ ਕਿ ਵੀ ਨਹੀਂ ਤੁਸਾਂ ਜਿਹੜੇ ਸ਼ਬਦ ਨੇ ਉਹ ਚੋਣ ਸਹੀ ਹੋਣੀ ਚਾਹੀਦੀ ਜਿਵੇਂ ਤੁਸੀਂ ਉਹ ਪਹਿਲਾਂ ਆਪਾਂ ਸ਼ੁਰੂਆਤ ਚ ਗਾਣਾ ਸੁਣਿਆ ਪਾਕਿਸਤਾਨ ਵਾਲਾ ਹਾਂਜੀ ਉਹ ਦੇਖੋ ਕਿੰਨਾ ਉਹਦੇ ਸ਼ਬਦ ਕਿੰਨੇ ਇੱਕ ਇੱਕ ਚੀਜ਼ ਜੁੜਦੀ ਪਈ ਆ ਪਾਕਿਸਤਾਨ ਵਾਲੇ ਲਿਖਦੇ ਬਹੁਤ ਸੋਹਣਾ ਹੈ ਗਾਉਂਦੇ ਤਾਂ ਹੈ ਹੀ ਵਧੀਆ ਨੇ ਹੂੰ ਪਰ ਇਹ ਆ ਕਿ ਹੁਣ ਹੈਗੇ ਨੇ ਕੁਝ ਕਲਾਕਾਰ ਜਿਹੜੇ ਦੁਗਾਨੇ ਗਾਉਂਦੇ ਆ ਜੀ ਪਰ ਮੈਂ ਵੀ ਆ ਵੀ ਉਹਦੇ ਚ ਜ਼ਿਆਦਾ ਪ੍ਰਮੋਟ ਨਾ ਅਸਲਿਆਂ ਨੂੰ ਜ਼ਿਆਦਾ ਕਰਨਦੇ ਆ ਜੀ ਮਤਲਬ ਚਾਹੇ ਉਹ ਸੋਲੋ ਗਾਉਂਦੇ ਆ ਅੱਜ ਕੱਲ ਆਰਟਿਸਟ ਚਾਹੇ ਡਿਊਟ ਗਾਉਂਦੇ ਆ ਨਾ ਉਹ ਡਿਊਟ ਚ ਵੀ ਹੋ ਜਾਂਦਾ ਕਈ ਵਾਰੀ ਜੀ ਅਸਲੇ ਦੀ ਗੱਲ ਕਰਦੇ ਆ ਜਾਂ ਕਿਵੇਂ ਤੁਸੀਂ ਉਹਦੇ ਬੌਂਸਰ ਲੈ ਜਾਂਦੇ ਸੀ ਕਿ ਉਹ ਤਾਂ ਹੁੰਦੇ ਨਹੀਂ ਸੀ ਸਾਾਨੂੰ ਤਾਂ ਪਤਾ ਹੀ ਨਹੀਂ ਸੀ ਬੌਂਸਰ ਕੀ ਹੁੰਦੇ ਹਾਂ ਸਾਨੂੰ ਤਾਂ ਅਸੀਂ ਜਦੋਂ ਸਟੇਜ ਤੋਂ ਉਤਰਦੇ ਸੀ ਨਾ ਲੁੱਕੀ ਆਪੇ ਰਾਹ ਦੇਈ ਜਾਂਦੇ ਸੀ ਛੱਡ ਦਿੰਦੇ ਸੀ ਰਾਹ ਪਰੇ ਪਰੇ ਹੋ ਜਾਂਦੀ ਸੀ ਕਹਿਣ ਦੀ ਲੋੜ ਨਹੀਂ ਪੈਂਦੀ ਸੀ ਕਦੇ ਕੋਈ ਘਟਨਾ ਵਾਪਰੀ ਹੋਵੇ ਕੋਈ ਲੋਕੋ ਉਹ ਵਿਆਹਾਂ ਤੇ ਵਿਆਹਾਂ ਤੇ ਖਾੜੇ ਬਹੁਤ ਲੱਗਦੇ ਸੀ ਹੁਣ ਤਾਂ ਆਰਕੈਸਟ ਵਾਲੇ ਆ ਗਏ ਨਾ ਜੀ ਜੀ ਨਹੀਂ ਲੋਕਾਂ ਨੂੰ ਚਾਹ ਹੀ ਬੜਾ ਹੁੰਦਾ ਸੀਗਾ ਉਦੋਂ ਮੋਬਾਈਲ ਤਾਂ ਹੁੰਦੇ ਨਹੀਂ ਸੀ ਫੋਟੋ ਲਵਾ ਲੋ ਕੈਮਰੇ ਹੁੰਦੇ ਫੋਟੋ ਕੈਮਰੇਆ ਚ ਖਿੱਚੀ ਜਾਂਦੀ ਸੀ ਕੈਮਰੇਆ ਚ ਖਿੱਚੀ ਜਾਂਦੀ ਹੁੰਦੀ ਸੀ ਤੇ ਉਹ ਵੀ ਕਿਸੇ ਕਿਸੇ ਦੀ ਖਿੱਚੀ ਜਾਂਦੀ ਹੁੰਦੀ ਕਿਸੇ ਕਿਸੇ ਹਾਂਜੀ ਹਨਾ ਹੁਣ ਤਾਂ ਹਰੇਕ ਬੰਦਾ ਕਹਿੰਦਾ ਸੈਲਫੀ ਲੈਣੀ ਆ ਜੀ ਹਾਂਜੀ ਹਾਂਜੀ ਹੂੰ ਉਦੋਂ ਨਹੀਂ ਸੀ ਇੰਨਾ ਅੱਛਾ ਪਹਿਲੀ ਪੇਮੈਂਟ ਜਿਹ ਪਹਿਲਾ ਦਿਨ ਤਾਂ ਉਹ ਜਿੱਦੇ ਸਦੀਕ ਸਾਹਿਬ ਸੁਣਦੇ ਨੇ ਜੀ ਜੀ ਪਹਿਲਾ ਅਗਲਾ ਦਿਨ ਉਹ ਜਦੋਂ ਪਹਿਲੇ 50 ਤੋਂ 60 ਰੁਪਏ ਮਿਲੇ ਹੋਣੇ ਸ਼ਾਇਦ 50 ਹਾਂਜੀ ਇੰਨੇ ਕੀ ਮਿਲਦੇ ਹੁੰਦੇ ਆ 50 ਮਿਲੇ ਸੀ ਕਿੰਨਾ ਕੁ ਚਾਰ ਮੈਂ ਅਮੀਰ ਰਾਣਾ ਜੀ ਦੇ ਨਾਲ ਗਈ ਸੀ ਮੈਂ ਪ੍ਰੋਗਰਾਮ ਤੇ ਇਹ ਆਪਣੇ ਉਧਰ ਨਰਿੰਦਰ ਕਿਰਪਾ ਜੀ ਦੇ ਭਰਾ ਬਿਲਕੁਲ ਜੀ ਅਮੀਰ ਰਾਣਾ ਜੀ ਉਹਨਾਂ ਦੇ ਪ੍ਰੋਗਰਾਮ ਤੋਂ ਹਾਂ ਮੈਨੂੰ ਲੈ ਕੇ ਗਏ ਪ੍ਰੋਗਰਾਮ ਤੇ ਨਾ ਹਾਂ ਕਹਿੰਦੇ ਚੱਲ ਸਾਡੇ ਨਾਲ ਪ੍ਰੋਗਰਾਮ ਤੇ ਚੱਲ ਉਦੋਂ ਕੋਈ ਕੁੜੀ ਨਹੀਂ ਸੀ ਉਸ ਦਿਨ ਪ੍ਰੋਗਰਾਮ ਤੇ ਜਿਹੜੀ ਜਾਂਦੀ ਹੋਊਗੀ ਪਹਿਲਾਂ ਜੀ ਤੇ ਮੈਨੂੰ ਲੈ ਕੇ ਗਏ ਤੇ ਮੈਨੂੰ 50 ਰੁਪਏ ਦਿੱਤੇ ਉਹਨਾਂ ਨੇ ਕਿੰਨੀ ਖੁਸ਼ੀ ਮੈਨੂੰ 50 ਰੁਪਏ ਵੀ ਐ ਲੱਗਣ ਵੀ ਹੈ ਵੀ ਕਰੋੜਾ ਆ ਗਿਆ ਆਹੋ ਹਾਂ ਕਿਉਂਕਿ ਦੋ ਦੰਗਾਂ ਦਾ ਦੇਖੀ ਗਿਆ 50 ਰੁਪਏ ਘਾਟੀ ਵੇਖੀ ਤੁਸੀਂ 50 ਦਾ ਹੀ ਮੁੱਲ ਬਹੁਤ ਜ਼ਿਆਦਾ ਬਹੁਤ ਮੁੱਲ ਸੀਗਾ ਸਹੀ ਗੱਲ ਐ ਪੈਸੇ ਦੀ ਉਦੋਂ ਬੜੀ ਵੈਲਿਊ ਸੀ ਵੈਲਿਊ ਹਮ ਹੁਣ ਤਾਂ ਲੱਖਾਂ ਦੀ ਵੀ ਵੈਲਿਊ ਨਹੀਂ ਹੈਗੀ ਹਮ ਵੀ ਉਦੋਂ 50 ਰੁਪਏ ਲੈ ਜੀ ਤੇ ਅੱਜ ਤੱਕ ਵੀ ਯਾਦ ਆ ਕਿ 50 ਤੋਂ ਸ਼ੁਰੂ ਹੋਏ ਸੀਗੇ ਹਮ ਤੇ ਅੱਜ ਇੱਥੇ ਮਹਾਰਾਜ ਨੇ ਸਾਰੇ ਇਨੇ ਮੁਲਕ ਹੋ ਗਾ ਤੇ ਇਨੇ ਮੁਲਕਾਂ ਚ ਸੈਟਲ ਹੋ ਗਈ ਜੀ ਹਾਂਜੀ ਅੱਛਾ ਆਪਾਂ ਗੱਲ ਜਿਵੇਂ ਤੁਹਾਡੀ ਜੋੜੀ ਕਰਤਾਰ ਰਮਣਾ ਹੁਣਾਂ ਨਾਲ ਬਣੀ ਤੇ ਪਾਰਸੋ ਨਾਲ ਫਿਰ ਸ਼ਿੰਦਾ ਸਾਹਿਬ ਨਾਲ ਫਿਰ ਤੁਸੀਂ ਸ਼ਿੰਦਾ ਸਾਹਿਬ ਨਾਲ ਬਚੋਲਣ ਵੀ ਗਾਣਾ ਕਰਿਆ ਗਿਆ ਹਾਂਜੀ ਹੁਣੇ ਜੀ ਕੀਤਾ ਸੀ ਤਿੰਨ ਸਾਲ ਹੋ ਗਏ ਹਾਂ ਉਹ ਗਾਣਾ ਹੀ ਮੈਂ ਸੁਣਿਆ ਸੋਹਣਾ ਗਾਣਾ ਹੈ ਤੇ ਜੋੜੀਆਂ ਟੁੱਟ ਕਾ ਤੋਂ ਜਾਂਦੀਆਂ ਨੇ ਬਣ ਵੀ ਜਾਂਦੀਆਂ ਨੇ ਫਿਰ ਤਿੰਨ ਸਾਲ ਕੰਮ ਹੁੰਦਾ ਹੈਗਾ ਤਿੰਨ ਸਾਲਾਂ ਬਾਅਦ ਫਿਰ ਰੌਲਾ ਪੈਣ ਲੱਗਦਾ ਰੌਲਾ ਪੈਸਿਆਂ ਦਾ ਹੁੰਦਾ ਜਾਂ ਗੱਲ ਕੋਈ ਹੋਰ ਹੁੰਦੀ ਹੈ ਕੀ ਦੱਸਾਂ ਗੱਲ ਇਹ ਆ ਕਿ ਪੈਸਿਆਂ ਦਾ ਵੀ ਹੁੰਦਾ ਤੇ ਰਿਸਪੈਕਟ ਦਾ ਵੀ ਮਸਲਾ ਹੁੰਦਾ ਕਿਤੇ ਨਾ ਹਾਂਜੀ ਪੈਸਿਆਂ ਦਾ ਵੀ ਹੁੰਦਾ ਦੇਖੋ ਜਿਹੜੀ ਵੀ ਕੁੜੀ ਨਾਲ ਗਾਉਂਦੀ ਆ ਹਨਾ ਉਹਨੂੰ ਇੰਨੀ ਭੋਲੀ ਨਹੀਂ ਨਹੀਂ ਹੁੰਦੀ ਨਾ ਉਹਨੂੰ ਪਤਾ ਹੁੰਦਾ ਆ ਹੂੰ ਕਿ ਉਹਦੀ ਵੈਲਿਊ ਕੀ ਆ ਹੂੰ ਹੈਨਾ ਤੇ ਮੇਲ ਸਿੰਗਰ ਜਿਹੜੇ ਆ ਉਹ ਡੀਗ੍ਰੇਡ ਕਰਦੇ ਕੁੜੀ ਨੂੰ ਕਾਫੀ ਜਿਵੇਂ ਆਪਾਂ ਕਹਿੰਦੇ ਨੇ ਸਾਡਾ ਸਮਾਜ ਹੀ ਮਰਦ ਪ੍ਰਧਾਨ ਸਮਾਜ ਹਾਂ ਬਸ ਉਹ ਸਾਡੇ ਨਾਲ ਨਾਲ ਹੀ ਰਿਹਾ ਹਰ ਇੱਕ ਕੁੜੀ ਦੀ ਇਹ ਕਹਾਣੀ ਹੈ ਕਿ ਉਹ ਜੋੜੀ ਤਾਂ ਇਕੱਠੀ ਪ੍ਰਮੋਟ ਹੁੰਦੀ ਇਕੱਠੀ ਲੋਕ ਲੋਕ ਜਾਣਦੇ ਤਾਂ ਇਕੱਠਿਆਂ ਆ ਦੋਨਾਂ ਨੂੰ ਲੁਕੀ ਐਕਸੈਪਟ ਇਕੱਠੇ ਕਰਦੇ ਆ ਹੈ ਜਦੋਂ ਨਾਂ ਬਣ ਜਾਂਦਾ ਆ ਮੁੰਡਾ ਸੋਚਦਾ ਵੀ ਹੁਣ ਕੁੜੀ ਹੋਰ ਲੱਭ ਲਓ ਇਹ ਤਾਂ ਅੱਧੇ ਪੈਸੇ ਲੈਂਦੀ ਆ ਹੂੰ ਕਿਉਂਕਿ ਕੁੜੀ ਸ਼ੁਰੂ ਤੋਂ ਜਿਹੜੀ ਲੱਗੀ ਆ ਉਹਦੇ ਨਾਲ ਗੱਲ ਜਦੋਂ ਹੁੰਦੀ ਅੱਧੇ ਅੱਧੇ ਅੱਧ ਦੀ ਹੁੰਦੀ ਆ ਹਮੇਸ਼ਾ ਹੀ ਰਮਲਾ ਸਾਹਬ ਨਾਲ ਵੀ ਰਮਲਾ ਸਾਹਬ ਨਾਲ ਮੇਰਾ ਅੱਧ ਅੱਧ ਸੀਗਾ ਹੂੰ ਤੇ ਹੌਲੀ ਹੌਲੀ ਮਤਲਬ ਉਹਨਾਂ ਨੂੰ ਲੱਗਿਆ ਕਿ ਮੇਰਾ ਤਾਂ ਹੁਣ ਨਾਂ ਬਣ ਗਿਆ ਹੈ ਨਾ ਨਾਂ ਤਾਂ ਮੇਰਾ ਹੀ ਮੇਰੇ ਨਾਲ ਹੀ ਬਣਿਆ ਸੀ ਨਾ ਹੂੰ ਮਿਹਨਤ ਤਾਂ ਅਸੀਂ ਇਕੱਠੇ ਹੀ ਕੀਤੀ ਸੀ ਜੀ ਤੇ ਉਹ ਸਮਝਦੇ ਸੀ ਮੇਰਾ ਹੀ ਨਾਂ ਬਣ ਗਿਆ ਹੁਣ ਹੈ ਨਾ ਤੇ ਉਹ ਫਿਰ ਉਧਰੋਂ ਸਾਡੇ ਗਾਣੇ ਹਿੱਟ ਤੋਂ ਹਿੱਟ ਆ ਰਹੇ ਸੀ ਉਧਰੋਂ ਕੁੜੀਆਂ ਲਵ ਦੇ ਵਰਦੇ ਸੀ ਤੁਹਾਨੂੰ ਪਤਾ ਲੱਗਿਆ ਇੱਕ ਦੋ ਜਣੇ ਰੱਖੇ ਹੁੰਦੇ ਸੀ ਅੱਛਾ ਉਹੀ ਮੈਨੂੰ ਹੀ ਦੱਸ ਦਿੰਦੇ ਹੁੰਦੇ ਸੀ ਆ ਕੇ ਉਹ ਕੁੜੀਆਂ ਲੱਭਣ ਤੇ ਰੱਖੇ ਹਾਂ ਨਹੀਂ ਉਹ ਮੁੰਡੇ ਜਿਨ੍ਹਾਂ ਨੂੰ ਰੱਖਿਆ ਸੀ ਉਹੀ ਉਹ ਲੱਬ ਲੁੱਬ ਕੇ ਫੇਰ ਸਾਨੂੰ ਨਹੀਂ ਕੋਈ ਲੱਬ ਕੇ ਲੈ ਗਿਆ ਹਾਂ ਅਜਾ ਤੁਹਾਨੂੰ ਹੀ ਦੱਸ ਦਿੰਦੇ ਮੈਨੂੰ ਵੀ ਦੱਸ ਦਿੰਦੇ ਸੀ ਵੀ ਕੁੜੀ ਲੱਬੜ ਗਈ ਸੀ ਅਸੀਂ ਹਾਂ ਫਿਰ ਸੋਚਣਾ ਵੀ ਹੈ ਦੱਸ ਇੰਨੇ ਹਿੱਟ ਗਾਣੇ ਜਾ ਰਹੇ ਆ ਵੀ ਕਮੀ ਕਿੱਥੇ ਆ ਕਮੀ ਉੱਥੇ ਵੀ ਪੈਸੇ ਅੱਧੇ ਜਾਂਦੇ ਆ ਵੀ ਕੁੜੀ ਲਵਲੀਏ ਪੇਮੈਂਟ ਲਈ ਤੁਸੀਂ ਬੈਠ ਕੇ ਨਹੀਂ ਗੱਲ ਕੀਤੀ ਵੀ ਹਾਂ ਆਪਾਂ ਐ ਕਿਉਂ ਕਰਨਾ ਜੋੜੀ ਕਿਉਂ ਤੋੜਨੀ ਬੈਠ ਕੇ ਗੱਲ ਕਰਨ ਵਾਲੇ ਹੈ ਬੰਦੇ ਗਾਵਾਂਗੇ ਨਹੀਂ ਨਹੀਂ ਬੈਠ ਕੇ ਗੱਲ ਸੁਣਦਾ ਹੀ ਨਹੀਂ ਸੀ ਕੋਈ ਉਹ ਹੰਕਾਰ ਮਤਲਬ ਆ ਜਾਂਦਾ ਹੁਣ ਮੈਂ ਤੇ ਵਿਚਾਰੇ ਚਲੇ ਗਏ ਦੁਨੀਆ ਤੋਂ ਤੇ ਮੈਂ ਕੰਨਵੇਂ ਕਮ ਹੂੰ ਐਹੋ ਜੀ ਗੱਲਾਂ ਵਿੱਚ ਸੀ ਗਿਆ ਹੂੰ ਫਿਰ ਉਹਦੀ ਵਾਈਫ ਵੀ ਰੋਲਾ ਪਾਉਂਦੀ ਸੀ ਉਹਦੀ ਵਾਈਫ ਨਾਲ ਵੀ ਕੋਈ ਉਹਦਾ ਸੀਗਾ ਅੱਛਾ ਹਾਂ ਰਮਲਾ ਸਾਹ ਦਾ ਉਹ ਵੀ ਲੜਦੀ ਹੁੰਦੀ ਸੀ ਆ ਕੇ ਫਿਰ ਮੈਂ ਕਿਹਾ ਵੀ ਮੈਂ ਗੋਣਾ ਹੀ ਨਹੀਂ ਫਿਰ 3 ਸਾਲ ਬਾਅਦ ਥੋੜੀ ਜੋੜੀ ਟੁੱਟ ਗਈ ਫਿਰ ਤੁਸੀਂ ਪਾਰਸ ਆ ਫਿਰ ਮੇਰੇ ਪ੍ਰੋਗਰਾਮ ਤਾਂ ਮੇਰੇ ਵੀ ਬੁੱਕ ਹੋ ਜਾਂਦੇ ਸੀ ਪਰ ਤੁਸੀਂ ਇੱਕ ਪਾਸੇ ਦੱਸ ਦਿਓ ਕਿ ਜੋੜੀ ਇੱਧਰ ਟੁੱਟਦੀ ਹੈ ਤੇ ਦੂਜੇ ਪਾਸੇ ਜਿਹੜੀ ਵੱਡੀ ਭੈਣ ਆ ਉਹ ਉੱਧਰ ਗਾਉਣ ਜਾਂਦੀ ਹੈ ਪਰ ਤੁਸੀਂ ਕਹਿੰਦੇ ਮੈਨੂੰ ਤਾਂ ਗੁੱਸਾ ਹੀ ਨਹੀਂ ਆਇਆ ਮੈਂ ਘਰ 'ਚ ਕਾਨੂੰ ਲੜਾਈ ਪਾਉਣੀ ਸੀ ਕਿ ਨਹੀਂ ਵੀ ਉੱਧਰ ਤਾਂ ਹੋ ਹੀ ਗਈ ਸੀ ਜੀ ਘਰ 'ਚ ਨਹੀਂ ਪਾਉਣਾ ਚਾਹੁੰਦੀ ਸੀ ਦੋਨੇ ਭੈਣਾਂ 'ਚ ਕਿਉਂ ਆਵੇਂ ਡੈਡੀ ਮੰਮੀ ਡੈਡੀ ਪਰੇਸ਼ਾਨ ਹੋਣੇ ਸੀ ਨਹੀਂ ਪਤਾ ਤਾਂ ਉਹਨਾਂ ਨੂੰ ਵੀ ਹੋਣਾ ਯਾਰ ਸਾਡੀ ਮੇਰੀ ਭੈਣ ਆ ਤੇ ਕਿੱਥੇ ਅੱਧ ਦੀ ਗੱਲ ਹੋਈ ਤੇ ਕਿੱਥੇ ਅੱਧ ਤੋ ਵੀ ਅੱਧ ਹੀ ਰਹਿ ਗਿਆ ਉਹ ਵੀ ਅੱਧ ਤਾਈ ਗਈ ਸੀ ਉਹਨਾਂ ਨਾਲ ਵੀ ਵਾਪਰੀ ਫਿਰ ਹੋਰ ਤਾਂ ਨਾ ਵੀ ਉਹੀ ਵਾਪਰੀ ਉਹ ਕਿੰਨਾ ਸੱਤ ਚੱਲ ਰਹੇ 6 ਕੁ ਮਹੀਨੇ ਬਸ 6 ਕੁ ਮਹੀਨੇ ਜੀ ਪਤਾ ਲੱਗ ਗਿਆ ਹਾਂ ਉਹ ਅੱਧ ਤੋਂ ਬਾਅਦ ਫਿਰ ਪੇਮੈਂਟ ਤੇ ਆ ਗਿਆ ਜੀ ਹੁਣ ਵੀ ਆਈ ਮੈਨੂੰ ਦੋ ਤਿੰਨ ਕੁੜੀਆਂ ਨਾਲ ਗੱਲ ਹੋਈ ਮੇਰੀ ਜਿਵੇਂ ਮਿਲਣਾ ਹੀ ਆ ਜਾਂ ਫੋਨ ਕੀਤਾ ਉਹ ਇਹ ਕਹਿੰਦੀਆਂ ਕਹਿੰਦੀ ਅਸੀਂ ਅੱਧ ਚ ਸ਼ੁਰੂ ਹੋਈਆਂ ਸੀ ਸ਼ੁਰੂ ਤੋਂ ਨਵੀਆਂ ਨਵੀਆਂ ਜੋੜੀਆਂ ਨਵੀਆਂ ਜੋੜੀਆਂ ਚ ਕਹਿੰਦੀ ਸਾਨੂੰ ਵੀ ਹੁਣ ਪੇਮੈਂਟ ਕਹਿੰਦੇ ਲੈ ਲਓ ਹੂੰ ਕਹਿੰਦੀ ਪੇਮੈਂਟ ਲੈ ਲਓ ਤੇ ਨਹੀਂ ਤਾਂ ਫਿਰ ਹੋਰ ਕੁੜੀ ਲਾ ਲਾਂਗੇ ਅਸੀਂ ਜਾਓ ਜਿੱਧਰ ਜਾਣਾ ਮਾੜੀ ਗੱਲ ਮਾੜੀ ਗੱਲ ਇਹ ਹਨਾ ਦੇਖੋ ਕੁੜੀਆਂ ਨਾਲ ਬੰਦਾ ਬਣਦਾ ਫਿਰ ਟੁੱਟ ਜਾਂਦਾ ਕੁੜੀਆਂ ਨਾਲ ਤਾਂ ਕਈਆਂ ਨਾਲੇ ਤੋਂ ਨਾ ਲਾਈਫ ਵੀ ਖਰਾਬ ਹੋ ਜਾਂਦੀ ਹੈ ਹੂੰ ਖਰਾਬ ਇਹ ਕਿ ਜਦੋਂ ਕਈ ਵਾਰੀ ਕੱਲੀ ਚਲੀ ਜਾਂਦੀ ਕੁੜੀ ਜਾਂ ਮਾਪਿਓ ਜਾਂਦੇ ਆ ਜਾਂ ਨਹੀਂ ਜਾਂਦੇ ਜਾਂ ਕਿਵੇਂ ਉਹਦਾ ਨਾਂ ਇੱਕ ਬੰਦੇ ਨਾਲ ਜੁਆਇੰਟ ਹੋ ਜਾਂਦਾ ਨਾ ਸੋਸ਼ਲ ਵਗੈਰਾ ਦੀ ਜਦੋਂ ਗੱਲ ਕਰਦੇ ਹਾਂ ਜਦੋਂ ਇਸ ਖੇਤਰ ਦੇ ਵਿੱਚ ਗੱਲ ਆਪਾਂ ਕਰਦੇ ਹਾਂ 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 ਇਸ ਲਾਈਨ ਦੀ ਸਿੰਗਲੈਂਡ ਹੋਵੇ ਫਿਲਮ ਲੈਂਡ ਹੋਵੇ ਕੁੜੀਆਂ ਦਾ ਸ਼ੋਸ਼ਣ ਹੁੰਦਾ ਤੁਹਾਨੂੰ ਜਦੋਂ ਤੁਸੀਂ ਤਾਂ ਜ਼ਿਆਦਾ ਇਹਨਾਂ ਦੇ ਵਿੱਚ ਰਹੇ ਹਾਂ ਅੱਜ ਵੀ ਜਾਂ ਪਹਿਲਾਂ ਵੀ ਮਾਨਸਿਕ ਤੌਰ ਤੇ ਜਾਂ ਜਿਵੇਂ ਵੀ ਸੁਣਦੇ ਤਾਂ ਆ ਜਿਵੇਂ ਕਿ ਗੱਲਾਂ ਬਾਤਾਂ ਕਾਫੀ ਸੁਣਦੇ ਪਰ ਸਾਡੇ ਨਾਲ ਤਾਂ ਮੇਰੇ ਡੈਡੀ ਜਾਂਦੇ ਸੀ ਮੇਰਾ ਭਰਾ ਮੇਰਾ ਚਾਚਾ ਹਮ ਯਾਨੀ ਚੌਥੀ ਮੈਂ ਜੀ ਤੇ ਸਾਡੀ ਤਾਂ ਅੱਧੀ ਪਾਰਟੀ ਸਾਡੇ ਘਰਦਿਆਂ ਦੀ ਹੁੰਦੀ ਸੀ ਨਾ ਸਾਨੂੰ ਸਾਰੇ ਕਹਿੰਦੇ ਹੁੰਦੇ ਸੀ ਵੀ ਤੁਸ ਤੁਹਾਨੂੰ ਤਾਂ ਦੋ ਬੰਦੇ ਹੀ ਲੈਣੇ ਪੈਂਦੇ ਬਾਹਰ ਅੱਧਾ ਪਰਿਵਾਰ ਹੀ ਆ ਗਿਆ ਪਰਿਵਾਰ ਹੀ ਜਾਂਦਾ ਨਾਲ ਇਸ ਕਰਕੇ ਸਾਨੂੰ ਤਾਂ ਇਹ ਬਚਤ ਰਹੀ ਆ ਵੀ ਇਹੋ ਜਿਹੀ ਨਹੀਂ ਹੋ ਸਕਿਆ ਕੁਛ فیر باقی ਕੁੜੀਆਂ ਜਿਹੜੀਆਂ ਕੱਲੀਆਂ ਜਾਂਦੀਆਂ ਹੋ ਸਕਦਾ ਉਹਨਾਂ ਨਾਲ ਸ਼ੋਸ਼ਣ ਹੋਵੇ ਨਾ ਹੋਵੇ ਮਤਲਬ ਮੈਂਟਲੀ ਦਾ ਅਫਸਰ ਰਹਿੰਦੀਆਂ ਨਾ ਹੂੰ ਜਿਨੂੰ ਪੈਸੇ ਹੀ ਘੱਟ ਮਿਲਦੇ ਆ ਜ਼ਰੂਰ ਤੋਂ ਜ਼ਿਆਦਾ ਮਿਲਦੇ ਆ ਬਾਅਦ ਹੌਲੀ ਹੌਲੀ ਘਟਾਉਂਦਾ ਹੈਨਾ 10-15000 ਦਾ ਤਾਂ ਕੁੜੀ ਦਾ ਸੂਟ ਹੀ ਆਉਂਦਾ ਮੇਕਅਪ ਦਾ ਸਮਾਨ ਆਉਂਦਾ ਹੂੰ ਹੈਨਾ ਜੀ ਫਿਰ ਹਰ ਪ੍ਰੋਗਰਾਮ ਤੇ ਉਹਨੂੰ ਨਵਾਂ ਸੂਟ ਦਿਖਾਉਣਾ ਪੈਂਦਾ ਫਿਰ ਇਹ ਤਾਂ ਘਟੇ ਹੀ ਜਾਂਦਾ ਘਟੇ ਹੀ ਜਾਂਦਾ ਹਾਂ ਨੂਸਰ ਸਾਹਿਬ ਨੂੰ ਵੀ ਤੁਸੀਂ ਮਿਲੇ ਸੀ ਇੱਕ ਵਾਰ ਹਾਂਜੀ ਮੈਂ ਤਸਵੀਰ ਦੇਖੀ ਲੰਡਨ ਮਿਲੀ ਸੀ ਹਾਂਜੀ ਗੁਲਾਮ ਅਲੀ ਸਾਹਿਬ ਵੀ ਗੁਲਾਮ ਅਲੀ ਸਾਹਿਬ ਨੂੰ ਮਿਲਿਆ ਘਰੇ ਆਏ ਸੀਗੇ ਆਪਣੇ ਜਵਦੀ ਘਰ ਸੀ ਨਾ ਅੱਛਾ ਜਵਦੀ ਆਏ ਸੀ ਘਰ ਜੀ ਇੱਕ ਨਾ ਸਮਾਜ ਸੇਵੀ ਨੇ ਚਿੰਦਾ ਦੇ ਵੀ ਕਾਫੀ ਨੇੜੇ ਆ ਹਮ ਤੇ ਨਰਿੰਦਰ ਜਸਸਲ ਆ ਉਹਨਾਂ ਦਾ ਨਾਮ ਜੀ ਉਹਨਾਂ ਨੇ ਮਹਿਫਲ ਕਰਾਉਣੀ ਸੀ ਗੁਲਾਮ ਅਲੀ ਸਾਹਿਬ ਦੀ ਹਮ ਤੇ ਮੇਰੀ ਖਾਨ ਸਾਹਿਬ ਨਾ ਸੀਗੀ ਕਾਫੀ ਕਾਫੀ ਜਾਣ ਪਛਾਣ ਦੇਵੇਂ ਜੀ ਫੋਨ ਤੇ ਜਾਂ ਦਿੱਲੀ ਆਉਂਦੇ ਸੀ ਮੇਨ ਦੱਸ ਦੂਸਰ ਸਾਹਿਬ ਨੇ ਗੁਲਾਮ ਗੁਲਾਮ ਅਲੀ ਸਾਹਿਬ ਉਹਨਾਂ ਦੀ ਮਹਿਫਲ ਕਰਾਈ ਸੀਗੀ ਹੂੰ ਤੇ ਉਹ ਫਿਰ ਕਹਿੰਦੇ ਉਹਨਾਂ ਨੇ ਕੋਠੀ ਬਣਾਈ ਸੀ ਬਹੁਤ ਵੱਡੀ ਨਾ ਉਹਦਾ ਉਹਦਾ ਉਦਘਾਟਨ ਕਰਨਾ ਚਾਹੁੰਦੇ ਸੀ ਮੈਨੂੰ ਕਹਿੰਦੇ ਵੀ ਆਪਾਂ ਮਹਿਫਲ ਕਰਾਉਣੀ ਆ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਦਿੱਲੀ ਆਏ ਹੋਏ ਸੀ ਗੁਲਾਮ ਅਲੀ ਸਾਹਿਬ ਤੇ ਉਹਨਾਂ ਦੀ ਵਾਈਫ ਹੂੰ ਫਿਰ ਅਸੀਂ ਦਿੱਲੀ ਉੱਤੇ ਬੁਕਿੰਗ ਕਰਨ ਗਏ ਉਹਨਾਂ ਦੀ ਜੀ ਤੇ ਫਿਰ ਮੇਰੇ ਕਹਣ ਤੇ ਕਾਫੀ ਉਹਨਾਂ ਨੇ ਛੱਡਿਆ ਵੀ ਕੋਈ ਯਾਦ ਮੁਸਰਫ ਸਾਹਿਬ ਦੀ ਕੋਈ ਯਾਦ ਉਹ ਉਸ ਸਮੇਂ ਤਸਵੀਰ ਜਿਹੜੀ ਮੈਂ ਤਸਵੀਰ ਦੇਖੀ ਆ ਹਾਂਜੀ ਹਾਂਜੀ ਉਹ ਇਕੱਲਾ ਬੰਦਾ ਤਸਵੀਰ ਲਈ ਵੀ ਨਹੀਂ ਖੜਦਾ ਉਹ ਗੱਲਾਂ ਨਹੀਂ ਕਰਦਾ ਨਹੀਂ ਨਹੀਂ ਹਾਂ ਗੱਲਾਂ ਕੀਤੀਆਂ ਉਹਨਾਂ ਨਾਲ ਅ ਨੁਸਰ ਸਾਹਿਬ ਨਾਲ ਜਦੋਂ ਅਸੀਂ ਗਏ ਮਿਲਣਾਂ ਨਾ ਤੇ ਮੇਰੇ ਨਾਲ ਜਮਲਾ ਜਿਹਦੇ ਹੂੰ ਮੁੰਡੇ ਸੀਗੇ ਮੈਨੂੰ ਪਤਾ ਹਾਂਜੀ ਮੁਰੇ ਇੰਦੀ ਵੀ ਖੜਾ ਹੈਗਾ ਇੰਦੀ ਛੋਟਾ ਜਿਹਾ ਸੀ ਨਾਂਗਿਆ ਸੀ 2.5 ਸਾਲ ਦਾ ਸੀ ਤੇ ਉਹ ਨਾ ਮੈਂ ਉਹਨਾਂ ਨੂੰ ਜਿਹੜਾ ਸਾਡਾ ਪ੍ਰਮੋਟਰ ਸੀ ਉਹਨੂੰ ਮੈਂ ਕਿਹਾ ਵੀ ਕਾਨ ਸਾਹਿਬ ਇੱਥੇ ਆਏ ਆ ਲੰਡਨ ਜੀ ਵੀ ਸਾਨੂੰ ਉਹਨਾਂ ਨੂੰ ਮਿਲਾ ਦਿਓ ਸਾਡੀ ਕੋਈ ਖੁਆਇਸ਼ ਨਹੀਂ ਹੋਰ ਮੈਂ ਕਿਹਾ ਮੇਰਾ ਤਾਂ ਮੈਂ ਕਿਹਾ ਉਹੀ Eid ਦਾ ਦਿਨ ਹੋ ਜਾਊਗਾ ਜੋ ਵੀ ਆ ਨਾ ਵੀ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਜ਼ਿੰਦਗੀ ਦੀ ਹੋਊਗੀ ਜੀ ਤੇ ਮੈਨੂੰ ਜ਼ਰੂਰ ਹੈ ਨਾ ਉਹ ਕਹਿੰਦਾ ਚਲੋ ਮਿਲਾ ਦਿਨਾ ਤੁਹਾਨੂੰ ਤੇ ਜਮਲਾ ਜੀ ਦੇ ਤਿੰਨ ਮੁੰਡੇ ਤਿੰਨ ਜਾਂ ਚਾਰ ਚਾਰੇ ਗਏ ਹੋਏ ਸੀ ਗੰਦਾ ਹਾਂ ਨਾ ਉਹਨਾਂ ਦੇ ਉਹ ਜਗਦੀਸ਼ ਸੀ ਉਹਦਾ ਨਾਮ ਇੱਕ ਸੀਗਾ ਕੁੰਨੂ ਸੀ ਉਹਦਾ ਨਾਮ ਨਾ ਵੀ ਸੋਚ ਕੇ ਰੱਖੇ ਸੀ ਅੱਛਾ ਕੁੰਨੂ ਉਹਦਾ ਨਾਮ ਪਤਾ ਨਹੀਂ ਕੀ ਸੀ ਪੂਰਾ ਮਤਲਬ ਅਸੀਂ ਤਾਂ ਸਾਰੇ ਗਏ ਸੀ ਇਹ ਜੇ ਨਾਮ ਜੀ ਤੇ ਇੱਕ ਸੀਗਾ ਖੁੱਡੂ ਤੇ ਛੋਟੇ ਨਾ ਤੁਹਾਨੂੰ ਪਤਾ ਹੋਣਾ ਹੈ ਨਾ ਹਾਂ ਜੀ ਕਿ ਫੈਮਿਲੀ ਚ ਜਾਂਦੇ ਆਉਂਦੇ ਸੀ ਨਾ ਜਮਲਾ ਜੀ ਤਾਂ ਕਰਕੇ ਉਹਨਾਂ ਦੇ ਨਾਮ ਪਤਾ ਸੀ ਮੈਨੂੰ ਉਹ ਨਾਲ ਗਏ ਸੀਗੇ ਤੇ ਫਿਰ ਅਸੀਂ ਨਾ ਮਿਲਣ ਚਲੇ ਗਏ ਉਹ ਨਾ ਲੰਡਨ ਨਾ ਠਹਿਰੇ ਹੋਏ ਸੀ ਇੱਕ ਰੈਸ ਸੀਗਾ ਗੇਸਟ ਹਾਊਸ ਜੀ ਲੰਡਨ ਚ ਨੂੰ ਸਰ ਸਾਹਿਬ ਉਥੇ ਠਹਿਰੇ ਹੋ ਹਾਂ ਜੀ ਉਥੇ ਠਹਿਰੇ ਸੀਗੇ ਅਸੀਂ ਚਲੇ ਗਏ ਮਿਲਣ ਵਾਸਤੇ ਜਦੋਂ ਗਏ ਅਸੀਂ ਤਾਂ ਬੈਠੇ ਸੀਗੇ ਖਾਨ ਸਾਹਿਬ ਤੇ ਅਸੀਂ ਵੀ ਬਹਿ ਗਏ ਆਏ ਕਰਕੇ ਨਾ ਜਿਵੇਂ ਆ ਟੇਬਲ ਤੇ ਆ ਐਵੇਂ ਬਹਿ ਗਏ ਅਸੀਂ ਸੋਫਿਆਂ ਤੇ ਨਾਲ ਜੀ ਤੇ ਉਹਨਾਂ ਨੂੰ ਦਵਾ ਸਲਾਮ ਕੀਤੀ ਪੈਰ ਫੜੇ ਮੈਂ ਕਹਿੰਿਆ ਜੀ ਅੱਜ ਸਾਡਾ ਤਾਂ ਹੱਜ ਹੋ ਗਿਆ ਹੂੰ ਮੈਂ ਕਿਹਾ ਵੀ ਤੁਹਾਡਾ ਬੜੀ ਰੀਜ ਸੀਗੀ ਤੁਹਾਨੂੰ ਵੇਖਣ ਦੀ ਜੀ ਤੁਹਾਨੂੰ ਸੁਣਦੇ ਤੇ ਰਿੰਨੇ ਆ ਬਹੁਤ ਸੁਣਦੇ ਰਿੰਨੇ ਆ ਪਰ ਉਹ ਕਹਿੰਦੇ 마ਸ਼ਾਅੱਲਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਥੈਂਕ ਯੂ ਬਹੁਤ ਅਸੀਂ ਕੁਝ ਵੀ ਨਹੀਂ ਕਹਿੰਦੇ ਹੂੰ ਪਰ ਮਾਤਮਾ ਨਾਲ ਉਹਨਾਂ ਮਿਲ ਕੇ ਪਤਾ ਲੱਗਦਾ ਗਾਇਕੀ ਕਿੱਥੇ ਤੇ ਕੀ ਆ ਰੱਬੀ ਰੂਹ ਸੀ ਮੈਂ ਇੱਥੇ ਤਾਂ ਅਜਿਹਾ ਇੱਕ ਗਾਣਾ ਆ ਜਾ ਤੇ ਟਿਕਦਾ ਨਹੀਂ ਬੰਦਾ ਅੱਜਕੱਲ ਤਾਂ ਤੇ ਉਹਨਾਂ ਨੂੰ ਸਿੱਧੀ ਪਹੁੰਚਾਉਣੀ ਔਖੀ ਹੋਈ ਬਹੁਤ ਜਿਆਦਾ ਮੁਸ਼ਕਲ ਬਹੁਤ ਮੁਸ਼ਕਲ ਹੈ ਇਹ ਪਰਿਵਾਰ ਤੁਹਾਡਾ ਉਸੇ ਤਰ੍ਹਾਂ ਚੱਲਿਆ ਆ ਰਿਹਾ ਸੰਗੀਤ ਨਾਲ ਜੁੜਿਆ ਹੋਇਆ ਹੈ ਜੁੜੇ ਹੋਇਆ ਮੈਂ ਹੁਣੇ ਸ਼ਮਸ਼ੇਰ ਬਾਈ ਹੋਣਾ ਨਾਲ ਗੱਲ ਕਰ ਰਿਹਾ ਸੀ ਸ਼ਮਸ਼ੇਰ ਬਾਈ ਦੀ ਇੰਦੀ ਬਾਈ ਕੋਲੇ ਹੁਣੇ ਆਏ ਨੇ ਨਾ ਗਾਣੇ ਕਰ ਰਹੇ ਨੇ ਜੀ ਉਹ ਮੈਂ ਉਹਨਾਂ ਨੂੰ ਪੁੱਛਿਆ ਬੇਟਾ ਤੁਹਾਡਾ ਕਹਿੰਦੇ ਨਾ ਭਰਾਵਾ ਮੈਂ ਨਹੀਂ ਗਾਉਣ ਲਾਉਣਾ ਉਹਨਾਂ ਨੂੰ ਅੱਛਾ ਕਿਉਂ ਪਤਾ ਨਹੀਂ ਉਹ ਕਹਿੰਦੇ ਅੱਜ ਕੱਲ ਸੋਚਦੇ ਨੇ ਮਾਪੇ ਜਿਹੜੇ ਗਾਉਂਦੇ ਸੀ ਉਹ ਕਹਿੰਦੇ ਅਸੀਂ ਆਪਦੇ ਜਵਾਕਾਂ ਨੂੰ ਇਸ ਲਾਈਨ 'ਚ ਨਹੀਂ ਪਾਉਣਾ ਹੁਣੇ ਲੈਣ ਉਹ ਨਹੀਂ ਰਹੀਗੀ ਤੁਸੀਂ ਗਾਇਕੀ ਕੀਤੀ ਤੁਹਾਡੇ ਪਿਤਾ ਜੀ ਨੇ ਕੀਤੀ ਹਾਂ ਹਾਂ ਹੁਣ 인ਦੀ ਬਾਈ ਹੋਣੇ ਵੀ ਇਸ ਲਾਈਨ ਚ ਆ ਤੁਸੀਂ ਨਹੀਂ ਕਦੇ ਸੋਚਿਆ ਨਾ 인ਦੀ ਪੁੱਤ ਆਪਾਂ ਹੋਰ ਕੰਮ ਕਰਾਂਗੇ ਨਹੀਂ ਮੈਂ ਬੜੀ ਖੁਸ਼ ਹੋਊਂਗੀ ਜੇ ਇਹ ਗਾਵੇ ਇਹ ਗਾਣਾ ਤਾਂ ਆਇਆ ਸੀ ਤੁਹਾਡਾ ਹੀ ਗਾਇਆ ਹੋਇਆ ਇੱਕ ਗਾਣਾ 인ਦੀ ਬਾਈ ਨੇ ਵੀ ਗਾਇਆ ਸੀਗਾ ਬੱਲ ਵਾਲਾ ਸ਼ਾਇਦ ਹਾਂਜੀ ਹਾਂਜੀ ਇਹ ਗਾਵੇ ਮੈਨੂੰ ਹੋਰ ਖੁਸ਼ੀ ਹੋਊਗੀ ਇਹਦੇ ਨਿਆਣੇ ਕੌਣ ਉਦੋਂ ਵੀ ਜ਼ਿਆਦਾ ਖੁਸ਼ੀ ਹੋਊਗੀ ਪਰ ਜੋ ਕੁਝ ਵਾਪਰ ਰਿਹਾ ਤੁਸੀਂ ਪਿਛਲੇ ਸਮੇਂ ਜੇ ਕਿੰਨੇ ਵਾਰ ਤੁਹਾਨੂੰ ਉਧਰੋਂ ਇੱਧਰ ਆਉਣਾ ਪਿਆ ਇਹ ਝਗੜੇ ਹੋ ਰਹੇ ਨੇ ਮਾਂ ਕਹੇ ਕਿ ਮਾਂ ਨੂੰ ਬੰਦਾ ਇਹ ਮੁੱਕਰ ਜਾਂਦੇ ਨੇ ਤਾਨੂੰ ਲੱਗਦਾ ਨਹੀਂ ਨਹੀਂ ਹੋਣਾ ਚਾਹੀਦਾ ਮਾਂ ਦਾ ਪੁੱਤ ਇੰਦੀ ਵੀ ਆ ਤੇ ਮਾਂ ਦਾ ਪੁੱਤ ਹਸਨ ਵੀ ਆ ਹਾਂ ਹਾਂ ਇਹ ਤੇ ਉਹਦੀ ਸੋਚ ਐ ਨਾ ਉਹਦੀ ਗਲਤੀ ਆ ਸੀ ਕਿ ਉਹ ਆਪਣੇ ਆਪ ਦੇ ਨਹੀਂ ਪਤਾ ਮੇਰਾ ਨੰਬਰ ਹਾਂ ਮੇਰਾ ਨ ਬਲਾਕ ਕੀਤਾ ਹੋਇਆ ਨੰਬਰ ਉਹਨੇ ਹੂੰ ਵੀ ਕਿਤੇ ਮਾਂ ਫੋਨ ਨਾ ਕਰ ਲੈ ਉਹਦੀ ਮੰਮੀ ਨੂੰ ਫੋਨ ਕੀਤਾ ਉਹਨੇ ਵੀ ਨਹੀਂ ਚੱਕਿਆ ਜਦੋਂ ਪਹਿਲੋਂ ਮੈਂ ਕਹਿੰਦੀ ਸੀ ਵੀ ਗੱਲ ਕਰਾ ਦਾਂ ਇਹਨਾਂ ਦੀ ਹੂੰ ਕੋਈ ਵੱਡੀ ਗੱਲ ਨਹੀਂ ਸੀਗੀ ਕੀ ਸੀਗਾ ਕਿਹੜੀ ਗੱਲ ਦਾ ਇਸ਼ੂ ਆ ਨਹੀਂ ਤੁਸੀਂ ਹੁਣ ਵੀ ਕਿੰਨੇ ਬਿਠਾ ਸਕਦੇ ਸੀ ਕੋਲੇ ਬੈਠੋ ਪੁੱਤ ਜੇ ਬੰਦੇ ਤੇ ਤਾਂ ਹੀ ਆ ਉਹ ਤਾਂ ਫੋਨ ਹੀ ਨਹੀਂ ਚੁੱਕਦਾ ਉਹ ਤਾਂ ਗਲਤੀ ਬੋਲਦਾ ਹਰ ਜਗ੍ਹਾ ਹੀ ਹੂੰ ਇੰਦੀ ਨੂੰ ਗਲਤ ਬਹੁਤ ਬੋਲਦਾ ਬਹੁਤ ਜ਼ਿਆਦਾ ਜੀ ਇੰਨਾ ਨਹੀਂ ਹੋਣਾ ਚਾਹੀਦਾ ਐਸਾਨ ਫਰਮਾਉਸ਼ ਬੰਦਾ ਹੂੰ ਹੈ ਨਾ ਰੱਬ ਨੂੰ ਜਾਨ ਦੇਣੀ ਇੰਨੇ ਕਿਹੜੀ ਪੰਡਾ ਬਣ ਕੇ ਲੈ ਜਾਣੀ ਆ ਕਹਿੰਦੀ ਲੈ ਜਾਊਗਾ ਹੂੰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ ਨਾ ਰੌਲਾ ਕਿਸ ਗੱਲ ਦਾ ਹਾਂ ਰੌਲਾ 50000 ਰੁਪਏ ਦਾ ਉਹ ਕਿਸੇ ਨੇ ਦਿੱਤਾ ਸੀਗਾ ਉੱਥੋਂ ਉਹ ਦਿੱਤਾ ਸੀ ਸਰਬਜੀਤ ਨੂੰ ਨਾਲ ਮਾਨਕ ਸਿੰਘ ਸਾਹਿਬ ਦੇ ਪਰਿਵਾਰ ਨੂੰ ਜੀ ਉਹ ਕਹਿੰਦੇ ਸੀ ਵੀ ਪਚਾਉਣਾ ਆ ਉੱਥੇ ਹਨਾ ਉਹ ਪਤਾ ਨਹੀਂ ਚਿੰਦਾ ਜੀ ਨੇ ਫੜਾਉਂਦੇ ਸੀ ਇਹ ਅਨਸਰ ਆ ਇਹਨੂੰ ਇਹ ਬਿਠਾ ਬਿਠਾ ਕਹਿੰਦਾ ਜੀ ਮੈਂ ਤੇ ਆਉਂਗਾ ਮੇਰੇ ਤੇ ਨਾਨਕੀ ਨਾਨੀ ਲੱਗਦੀ ਆ ਹੂੰ ਤੇ ਉਹ ਕਹਿੰਦੇ ਵੀ ਚੱਲ ਤੂੰ ਦੇ ਆਈ ਇਹ ਉੱਥੋਂ ਪੈਸੇ ਲੈ ਆ ਪੇਮੈਂਟ ਵੱਖਰੀ ਸੀਗੀ ਹੂੰ ਤੇ ਪੈਸੇ ਜਿਹੜੇ 50000 ਰੁਪਏ ਆ ਉਹ ਵਕਰਾ ਫੜਿਆ ਸੀ ਇਹਨੇ ਤੇ ਇੰਦੀ ਉਦੋਂ ਮੇਰੇ ਕੋਲ ਆਇਆ ਸੀ ਯੂ ਐਸ ਏ ਨਾ ਇਹਦਾ ਗੇੜਾ ਸੀਗਾ ਉਹ ਜੀ ਹਾਂ ਪਹਿਲੀ ਵਾਰ ਗਿਆ ਸੀ ਇਹ ਹੂੰ ਜਾਣਾ ਹੀ ਪਣਾ ਸੀ ਇਹਨੂੰ ਕਿਉਂਕਿ ਪੱਕੇ ਤੌਰ ਤੇ ਹੋ ਗਿਆ ਉਹਦਾ ਗ੍ਰੀਨ ਕਾਰਡ ਮਿਲਣਾ ਸੀ ਇਹਨੂੰ ਜੀ ਤੇ ਉਹਨੇ ਸੋਚਿਆ ਵੀ ਹੁਣ ਹਿੰਦੀ ਨੇ ਤੇ ਆਉਣਾ ਹੀ ਨਹੀਂ ਮੈਂ ਜੋ ਮਰਜ਼ੀ ਕਰਾਂ ਹੂੰ ਇਹ ਇਹ ਉਹਨੇ ਸੋਚ ਲਿਆ ਅੱਛਾ ਇਹ ਉਹਨੇ ਸੋਚਿਆ ਵੀ ਮੈਂ 50000 ਰੁਪਇਆ ਉਹਨਾਂ ਨੂੰ ਫੜਾਉਂਗਾ ਨਾਨੀ ਨੂੰ ਤੇ ਮੇਰੇ ਨੇੜੇ ਹੋ ਜਾਣਗੇ ਪਰਿਵਾਰ ਨੇੜੇ ਪਰਿਵਾਰ ਨੇੜੇ ਹੋ ਜਾਊਗਾ ਉਹਦੀ ਇਹ ਸੋਚ ਸੀਗੀ ਹੂੰ ਤੇ ਹਿੰਦੀ ਹਿੰਦੀ ਨੇ ਜਦੋਂ ਹਿੰਦੀ ਨੂੰ ਉਹ ਪਹਿਲੋਂ ਤਾਂ ਉਹ ਮੁੰਡਾ ਸਾਡਾ ਭੈਣ ਦਾ ਮੁੰਡਾ ਸੀਗਾ ਨਾ ਉਹਦੇ ਕੋਲ ਸੀਗੀ ਹਿੰਦੀ ਉਹਨੂੰ ਦੇਕੇਗਾ ਸੀ ਸਾਰੀ ਮੈਨੇਜਮੈਂਟ ਵੀ ਤੂੰ ਕਰਨਾ ਆ ਹੂੰ ਤੇ ਉਹ ਉਹਨੇ ਦੱਸਣਾ ਹੀ ਸੀ ਹਿੰਦੀ ਨੂੰ ਵੀ 50000 ਰੁਪਇਆ ਉਹਨਾਂ ਨੇ ਕਿਸੇ ਨੇ ਦਿੱਤਾ ਉਹਨਾਂ ਨੂੰ ਦੇਣ ਲਈ ਜੀ ਮੈਨੇਜਮੈਂਟ ਜਿਹਦੇ ਕੋਲ ਹੈ ਉਹਨਾਂ ਤਾਂ ਡਰ ਹੁੰਦਾ ਨਾ ਜੇ ਨਾਂ ਦੱਸਿਆ ਉਹ ਰੁਪਏ ਦਾ ਹਿਸਾਬ ਰੱਖਣਾ ਵੀ ਇਹ ਤਾਂ ਹਿਸਾਬ ਰੱਖਣਾ ਪੈਣਾ ਵੀ ਇਹ ਕੰਮ ਕਰਨਾ ਕਿ ਨਹੀਂ ਕਰਨਾ ਇਹ ਵੀ ਤੇ ਉਹ ਸੋਚਦਾ ਸੀ ਨਾ ਜੀ ਵੀ ਹਿੰਦੀ ਪਤਾ ਨਹੀਂ ਕੀ ਕਹੂਗਾ ਵੀ ਕਿਉਂ ਇਹਦੀ ਤਾਂ ਬੋਲ ਚਾਲ ਹੀ ਨਹੀਂ ਪੀ ਉਹ ਗੱਲ ਪੈ ਜਾਣ ਇਹਦੇ ਜਾਂ ਕੁਛ ਕਰਨ ਹੈ ਨਾ ਗੇਟ ਨਾ ਖੋਲਣ ਤੇ ਉਹਦੇ ਚ ਵੀ ਬੇਇਜ਼ਤੀ ਕਿਦੀ ਆ ਹੈ ਨਾ ਜਦੋਂ ਕਿਸੇ ਪਾਰਟੀ ਦੇ ਨਾਲ ਬਾਉਂਡ ਆ ਬੰਦਾ ਹੂੰ ਤੇ ਬੇਇਜ਼ਤੀ ਉਸ ਬੰਦੇ ਦੀ ਆ ਜਿਹਦੇ ਜਿਹਦੇ ਨਾਲ ਉਹ ਚੱਲ ਰਿਹਾ ਕੰਪਨੀ ਜੁੜੀ ਹੋਈ ਆ ਕੰਪਨੀ ਆ ਜਿਹੜੀ ਤੇ ਇੰਦੀ ਦੀ ਦਿਮਾਗ 'ਚ ਇਹ ਗੱਲ ਸੀਗੀ ਜਦੋਂ ਇੰਦੀ ਨੂੰ ਉਹਨੇ ਦੱਸਿਆ ਰ ਆਪ ਦਾ 2 ਵਜੇ ਹੋਏ ਸੀ ਉੱਥੇ ਸਾਡੇ ਜੀ ਤੇ ਮੈਨੂੰ ਤਾਂ ਇਹਨੇ ਇੰਦੀ ਨੇ ਦੱਸਿਆ ਨਹੀਂ ਵੀ ਗੱਲ ਕੀ ਹੋਈ ਆ ਕਿਉਂਕਿ 2 ਵਜੇ ਸੀ ਉਹਨੇ ਕਿਹਾ ਮੰਮੀ ਨੂੰ ਕਾਨੂੰ ਡਿਸਟਰਬ ਕਰਾ ਸੁੱਤੀ ਸੀਗੀ ਮੈਂ ਹੂੰ ਤੇ ਉਹਨੇ ਨਾ ਜਦੋਂ ਦੱਸਿਆ ਤੇ ਇੰਦੀ ਨੇ ਕਿਹਾ ਵੀ ਇਹ ਤਾਂ ਨਹੀਂ ਠੀਕ ਹੈਗੀ ਗੱਲ ਹੂੰ ਇੰਦੀ ਕਹਿੰਦਾ ਵੀ ਇੱਥੇ ਨੇੜੇ ਜੇ ਆਗੇ ਸੀ ਉਹ ਘਰ ਦੇ ਜੀ ਪ੍ਰੋਗਰਾਮ ਕਰਕੇ ਇਹ ਇੰਦੀ ਨੇ ਕਿਹਾ ਵੀ ਤੁਸੀਂ ਵਾਪਸ ਦੇ ਕੇ ਆਓ ਉਹਨਾਂ ਨੂੰ ਐਸੇ ਹੂੰ ਵੀ ਉਹਨਾਂ ਨੂੰ ਕਿਹੜਾ ਘਰ ਨਹੀਂ ਪਤਾ ਜੀ ਜੇ ਉਹ ਦੇਣਾ ਚਾਹੁੰਦੇ ਤਾਂ ਆਪ ਆ ਕੇ ਦੇਣ ਨਾਲੇ ਉਹਨਾਂ ਦੀ ਕਿੰਨੀ ਰਿਸਪੈਕਟ ਹੋਣੀ ਆ ਨਾਲੇ ਉਹਨਾਂ ਦੇ ਮਨ 'ਚ ਹੋਊਗਾ ਆਪਣਾ ਸਰਬਜੀਤ ਭਾਬੀ ਹੁਣਾਂ ਦੇ ਜੀ ਵੀ ਚਲ ਸਾਡੀ ਕੋਈ ਹੈਲਪ ਕਰ ਰਿਆ ਉਹ ਵੀ 50000 ਰੁਪਇਆ ਚਲ ਥੋੜੀ ਬਹੁਤ ਨਹੀਂ ਸੀ ਤੇ ਇਹ ਉਹਨੇ ਕਹਿਤਾ ਹਿੰਦੀ ਨੇ ਕਹਿਤਾ ਵੀ ਤੁਸੀਂ ਵਾਪਸ ਦੇ ਕੇ ਆਓ ਵੀ ਸਰਵਜੀਤ ਹੁਣ ਉਹਦੇ ਘਰ ਇਹ ਨਹੀਂ ਜਾ ਸਕਦਾ ਇਹਦੀ ਤਾਂ ਬੋਲ ਚਾਲ ਹੀ ਨਹੀਂਗੀ ਜੇ ਉਹਦੀ ਬੇਇੱਜ਼ਤੀ ਕਰਦਣ ਇਹਦੇ ਸਿਰ ਕੁਚ ਮਾਰਨ ਚੁੱਕ ਕੇ ਰਾਤ ਦਾ ਟਾਈਮ ਸੀ ਜੀ ਤੇ ਕਹਿੰਦਾ ਫਿਰ ਮੈਂ ਤਾਂ ਇੱਥੇ ਨਹੀਂ ਗੱਲ ਤਾਂ ਬਹੁਤ ਵੱਧ ਜੂਗੀ ਹਿੰਦੀ ਦੀ ਵੀ ਗੱਲ ਠੀਕ ਸੀ ਤਾਂ ਉਹ ਫਿਰ ਉਹ ਹਸਨ ਜਿਹੜਾ ਇੱਥੇ ਗੁੱਸੇ ਗੁੱਸਾ ਹੋ ਗਿਆ ਉਹਨੂੰ ਵੀ ਮੈਂ ਵਾਪਸ ਨਹੀਂ ਪੈਸੇ ਦੇਣ ਜਾਣੇ ਵੀ ਮੈਂ ਤਾਂ ਆਪ ਫੜਾਉਣੇ ਜਾ ਕੇ ਇਹ ਹੀ ਗੱਲ ਇੱਥੋਂ ਹੀ ਉਹਨੇ ਇੱਕ ਬਹਾਨਾ ਬਣਾ ਲਿਆ ਪੈਸੇ ਉੱਥੇ ਵਾਪਸ ਦੇ ਕੇ ਆਏ ਜੋੜੀ ਇੰਦੀ ਬਾਈ ਹੋਣਾ ਦੀ ਤੇ हसन ਹੋਣਾ ਦੀ ਜੋੜੀ ਮਕਬੂਲ ਹੋਣ ਲੱਗੀ ਸੀ ਇੱਕਦਾਂ ਹੀ ਆ ਕੇ ਟੁੱਟ ਗਈ ਹਾਂ ਤੇ ਰੌਲਾ ਇੰਨਾ ਵੱਧ ਗਿਆ ਕਿ ਸ਼ੋਰ ਸ਼ਰਾਬਾ ਇੰਨਾ ਹੋ ਗਿਆ ਤੇ ਲੋਕ ਵੀ ਦੇਖਣਾ ਚਾਹੁੰਦੇ ਇੰਦੀ ਨੇ ਕੀ ਕਹਿਤਾ ਤੇ हसन ਨੇ ਕੀ ਕਹਿਤਾ ਆਹ ਚੱਲ ਰਿਹਾ ਇਹ ਤਾਂ ਬਹੁਤ ਹੈ ਨਾ ਲੋਕਾਂ ਲੁੱਕੀ ਤਾਂ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਸਿੱ ਬਿਲਕੁਲ ਲੁੱਕੀ ਤਾਂ ਦੇਖਦੇ ਤਮਾਸ਼ਾ ਆ ਇਹਨਾਂ ਨੇ ਬਣਾਇਆ ਕੀ ਆ ਹੋਰ ਠੀਕ ਹੈ ਨਾ ਹੁਣ ਵੀ ਤਾਂ ਉਹ ਇੰਨੇ ਲੋਕਾਂ ਤੋਂ ਪੈਸੇ ਫੜੀ ਬੈਠਾ ਆ ਤੇ ਜਿਨ੍ਹਾਂ ਤੋਂ ਪੈਸੇ ਫੜੇ ਉਹ ਪੈਸੇ ਨਹੀਂ ਲੈਣਗੇ ਉੱਥੋਂ ਮੁਖਤ ਉਹਨੂੰ ਗਵਾਉਣਗੇ ਬਈ ਉਹ ਇਹ ਹੋ ਸਕਦਾ ਤੁਸੀਂ ਵੀ ਕਹਿ ਰਹੇ ਆ ਤੁਹਾਡੇ ਸਮੇਂ 'ਚ ਸ਼ੋਸ਼ਣ ਹੁੰਦਾ ਸੀਗਾ ਕਿਹਾ ਕੁਝ ਹੋਰ ਜਾਂਦਾ ਸੀ ਬਾਅਦ 'ਚ ਪੇਮੈਂਟ ਹੋਰ ਦਿੱਤੀ ਜਾਂਦੀ ਸੀ ਹੋ ਸਕਦਾ ਉਹਦਾ ਵੀ ਕੋਈ ਰੋਸਾ ਹੋਵੇ ਗੱਲ ਰੋਸਾ ਹੋਵੇ ਤੇ ਆ ਕੇ ਮੇਰੇ ਨਾਲ ਕਰ ਲੈਂਦਾ ਮੈਨੂੰ ਦੱਸ ਦਿੰਦਾ ਹੂੰ ਮੇਰੇ ਨਾਲ ਕਿਉਂ ਨਹੀਂ ਗੱਲ ਕੀਤੀ ਉਹਨੇ ਕਰ ਹੀ ਨਹੀਂ ਰਿਹਾ ਹੁਣੇ ਹੀ ਕਰ ਲੈ ਹੁਣੇ ਵੀ ਤੇ ਮੈਂ ਨਹੀਂ ਕਰੂਗਾ ਤਾਂ ਤੁਸੀਂ ਬਿਠਾ ਕੇ ਗੱਲ ਹਾਂ ਮੈਂ ਬਿਠਾ ਕੇ ਗੱਲ ਕਰੂੰਗੀ ਹੂੰ ਕੱਲ ਨੂੰ ਖੱਜਲਖੋਰ ਹੁੰਦੇ ਆ ਕਚਹਿਰੀਆਂ 'ਚ ਹੂੰ ਜੀ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਗੱਲ ਹੋਰ ਮੈਂ ਮੈਨੂੰ ਕੈਮਰਾਮੈਨ ਇਸ਼ਾਰਾ ਕਰ ਰਿਹਾ ਕਿ ਸਮਾਂ ਜ਼ਿਆਦਾ ਹੋ ਗਿਆ ਤੁਹਾਡੇ ਇੱਕ ਇੱਕ ਰੋਸਾ ਹੋਰ ਹੈ ਕਿ ਵੀ ਜਿਹੜੇ ਪੁਰਾਣੇ ਗੀਤ ਸੀ ਮੈਂ ਅਕਸਰ ਆਪਣੇ ਪ੍ਰੋਗਰਾਮ ਚ ਕਹਿੰਦਾ ਕਿ ਪੁਰਾਣੇ ਗਾਣੇ ਪੁਰਾਣੇ ਹੁੰਦੇ ਆ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਸਾਡੇ ਗਾਣੇ ਅੱਜ ਕੱਲ ਚੈਨਲ ਬਣਾ ਬਣਾ ਕੇ ਪੁਰਾਣੇ ਗਾਣੇ ਸਾਡੇ ਕਲਾਕਾਰਾਂ ਤੋਂ ਕੋਈ ਪਰਮਿਸ਼ਨ ਨਹੀਂ ਲੈਂਦਾ ਅਸੀਂ ਮਿਹਨਤ ਕੀਤੀ ਅਸੀਂ ਗਾਏ ਅਸੀਂ ਰਿਕਾਰਡ ਕਰਾਏ ਅੱਜ ਹੋਰ ਕੋਈ ਬੰਦਾ ਘਰੇ ਬੈਠਾ ਉਹ ਗਾਣੇ ਆਪਦੇ ਚੈਨਲ ਤੇ ਪਾਈ ਜਾਂਦਾ ਹਾਂ ਬਿਜ਼ਨਸ ਚਲਾਉਂਦੇ ਹੂੰ ਜਿਹੇ 6 ਮਿਲੀਅਨ ਗਾਣੇ ਹੋਏ ਹੋਇਆ ਮੇਰੇ ਤੇ ਰਮਲੇ ਦੇ ਗਾਣੇ ਆ ਕੋਈ ਸੰਧੂ ਰੇਡੀਓ ਆ ਕੋਈ ਕਿਸੇ ਨਾਮ ਦਾ ਰੇਡੀਓ ਕੋਈ 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 ਕੰਪਨੀ ਬਣਾਏ ਬੈਠਾ ਆਪਣੇ ਨਾਮ ਦੀ ਕੋਈ ਕੋਈ ਮਤਲਬ ਉਹਨਾਂ ਦੀ ਕੋਈ ਸਾਨੂੰ ਪਤਾ ਹੀ ਨਹੀਂ ਸਾਡੇ ਤੋਂ ਪੁੱਛਦਾ ਵੀ ਨਹੀਂ ਕੋਈ ਫੋਨ ਕਰਕੇ ਪਤਾ ਕਰ ਲੋ ਤੁਹਾਡੇ ਖਾੜੇ ਚਲਾ ਰਹੇ ਨੇ ਸਾਡੇ ਖਾੜੇ ਸਾਡੇ ਗਾਣੇ ਗਾਏ ਹੋਏ ਕੰਪਨੀਆਂ ਦੇ ਗਾਣੇ ਚੱਲੇ ਹੂੰ ਉਹ ਵੀ ਆਪਣੇ ਨਾਮ ਤੇ ਪਾ ਕੇ ਉਹਨਾਂ ਨੇ ਆਪਣੇ ਚੈਨਲ ਬਣਾਏ ਹੋਏ ਆ ਤੁਹਾਨੂੰ ਲੱਗਦਾ ਵੀ ਸਾਡੀ ਮਿਹਨਤ ਸਾਡੀ ਮਿਹਨਤ ਹਾਂ ਕੀਤੀ ਸਾਡੀ ਮਿਹਨਤ ਆ ਹਾਂਜੀ ਪੈਸੇ ਉਹ ਕਮਾਉਂਦੇ ਆ ਹੂੰ ਮੜੀ ਗੱਲਿਆ ਨਾ ਤੁਸੀਂ ਕਹਿ ਰਹੇ ਸੀ ਇੱਕ ਵਿਆਹ ਤੇ ਗਏ ਤੇ ਵਿਆਹ ਤੇ ਜਾਣਾ ਤੁਹਾਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਗਾਉਣ ਵਾਲੀ ਆਪ ਥੱਲੇ ਬੈਠੀ ਹੁੰਦੀ ਤੇ ਸਾਹਮਣੇ ਨੱਚਣ ਵਾਲੇ ਕੋਈ ਹੋਰ ਹੁੰਦੇ ਨੇ ਹਾਂ ਉਹ ਵੀ ਸਾਡੇ ਗਾਣੇ ਆ ਤੇ ਗਾਣੇ ਵੀ ਸਾਡੇ ਹੁੰਦੇ ਆ ਅੱਜ ਕੱਲ ਨਾ ਨਹੀਂ ਤਾਂ ਉਹ ਹੀ ਚੱਲਦੇ ਆ ਹਾਂਜੀ ਨਕਲੀ ਸਿੰਗਰ ਬਣਾ ਕੇ ਵੀ ਖਲਾਰਦੇ ਆ ਥਰੀ ਸਿੰਗਰ ਹਾਂਜੀ ਸ਼ਕਲਾਂ ਵੀ ਉਹੋ ਜਿਹੀਆਂ ਬਣਾ ਕੇ ਖਲਾਰਦੇ ਆ ਇਹ ਸ਼ੋਸ਼ਨ ਇਹ ਇਹਨੂੰ ਕਹਿੰਦੇ ਸ਼ੋਸ਼ਨ ਹੂੰ ਸ਼ੋਸ਼ਨ ਹੋ ਰਿਹਾ ਕਿ ਨਹੀਂ ਸਾਡਾ ਵੀ ਹੋ ਰਿਹਾ ਸਾਰੇ ਕਲਾਕਾਰਾਂ ਦਾ ਸਦੀਕ ਬਾਜੀ ਦੇ ਰਣਜੀਤ ਕੌਰ ਦੇ ਗਾਣੇ ਵੀ ਉਹ ਕੱਢਦੇ ਆ ਹੈਨਾ ਮਾਨਕ ਸਾਹਿਬ ਦੇ ਗਾਣੇ ਵੀ ਸੁਰਿੰਦਰ ਚਿੰਦਾ ਕੁਲਦੀਪ ਕੌਰ ਦੇ ਗਾਣੇ ਵੀ ਜੀ ਤੇ ਗੁਲਸ਼ਨ ਕੋਮਲ ਜੀ ਦੇ ਵੀ ਹੋਰ ਵੀ ਜਿੰਨੇ ਵੀ ਆਰਟਿਸਟ ਆ ਸਭ ਦੇ ਗਾਣੇ ਉਹ ਕੱਢੀ ਜਾਂਦੇ ਆਪਣੇ ਨਾਵਾਂ ਤੇ ਜੀ ਤੇ ਮੈਂ ਤੇ ਇਹ ਕਹੂੰਗੀ ਕਿ ਇਹ ਸਦੀਕ ਬਾਜੀ ਐਮਪੀ ਨੇ ਐਸ ਟਾਈਮ ਹੈਨਾ ਜੀ ਤੇ ਉਹਨਾਂ ਦੇ ਗਾਣੇ ਸਾਹਿਬ ਵੀ ਭਗਵੰਤ ਮਾਨ ਸਾਹਿਬ ਤਾਂ ਮੁੱਖ ਮੰਤਰੀ ਆ ਇਦੋਂ ਗਾ ਦੋ ਹੈਨਾ ਸਾਡੇ ਲਈ ਹੋਰ ਕੀ ਖੁਸ਼ੀ ਦੀ ਗੱਲ ਹੋ ਸਕਦੀ ਅਨਸ ਰਾਜ ਜੀ ਵੀ ਐਮ ਪੀ ਨੇ ਹੈਨਾ ਜੀ ਹੁਣ ਕੀ ਤਿੰਨੇ ਹੀ ਪਾਰਟੀਆਂ ਚ ਸਾਡੇ ਆਰਟਿਸਟ ਨੇ ਤੇ ਸਾਡਾ ਇਹ ਇਹ ਜਿਹੜਾ ਹੈਗਾ ਆ ਸਾਰਿਆਂ ਤੇ ਹੀ ਇਹ ਹੋ ਰਿਹਾ ਜ਼ੁਲਮ ਮੇਰੇ ਕੱਲੀ ਤੇ ਨਹੀਂ ਹੈਗਾ ਚਲੋ ਮੈਂ ਤੇ ਹੁਣ ਬਾਹਰ ਵੀ ਸਟਿਆ ਮੇਰੀ ਸਿਸਟਰ ਆ ਉਹਦੇ ਵੀ ਬਹੁਤ ਔਖਾ ਟਾਈਮ ਆ ਵੀ ਉਹਨੂੰ ਮਦਦ ਦੀ ਵੀ ਜ਼ਰੂਰਤ ਆ ਹੈਨਾ ਮੈਂ ਕਰਦੀ ਜਿੱਥੋਂ ਤੱਕ ਹੁੰਦੀ ਆ ਪਰ ਉਹ ਉਹਦਾ ਇੰਨਾ ਆਰਟ ਜਿਹੜਾ ਆ ਉਹਦੇ ਇੰਨੇ ਗਾਣੇ ਮਿਲੀਅਨ ਹੋਏ ਹੋਏ ਆ ਉਨ ਨੂੰ ਕੋਈ ਸੁਣਵਾਈ ਨਹੀਂ ਕਿਤੇ ਨਾ ਸਾਡੇ ਕੋਈ ਦੁਖਾਈ ਸੁਣਦਾ ਨਾ ਕੋਈ ਸਾਨੂੰ ਕੰਪਨੀਆਂ ਜਿਹੜੀਆਂ ਸਾਡੀਆਂ ਉਹਨਾਂ ਨੇ ਕਦੀ ਪੈਸਾ ਨਹੀਂ ਦਿੱਤਾ ਹੂੰ ਤਿੰਨ ਸਾਲ ਪਹਿਲਾਂ ਮੈਨੂੰ 70000 ਰੁਪਏ ਦਿੱਤਾ ਸੀਗਾ ਜੀ ਉਸ ਤੋਂ ਪਹਿਲਾਂ 30 32 ਸਾਲ 3 30000 ਰੁਪਏ ਦਿੱਤਾ ਬਸ ਹੂੰ 1 ਲੱਖ ਰੁਪਏ ਹੋ ਗਿਆ 35 ਸਾਲਾਂ ਦਾ ਐਚ ਐਮ ਆਈ ਕੰਪਨੀ ਜਿਹੜੀ ਆਜ ਕੱਲ ਸਾਰੇ گاਮਾਂ ਬਣੀ ਹੋਈ ਹੈ ਨਾ ਹੂੰ ਤੇ ਅਮਾ ਜੌਨ ਤੇ ਵੀ ਉਹ ਗਾਣੇ ਨੇ ਸਾਡੇ ਅਮਾ ਜੌਨ ਵੀ ਆਪਣੇ ਪੈਸੇ ਵੇਚਦੀ ਕਮਾਰੀ ਹੈ ਪੂਰੇ ਪੈਸੇ ਕਮਾਰੀ ਹੈ ਸਾਨੂੰ ਕੋਈ ਪੈਸਾ ਨਹੀਂਗਾ ਦੇਖੋ ਅਸੀਂ ਤਾਂ ਇਹ ਕਿੰਨੇ ਵੀ ਸਾਡੇ ਹੁਣ ਆਰਟਿਸਟ ਸਾਡੇ ਜਿਹੜੇ ਆ ਉਹ ਸਰਕਾਰਾਂ ਚ ਆ ਹ ਜੇ ਹੁਣ ਕੁਛ ਨਾ ਹੋਵੇ ਹਨਾ ਤੇ ਫਿਰ ਤਾਂ ਕਦੀ ਜ਼ਿੰਦਗੀ ਚ ਹੋ ਹੀ ਨਹੀਂ ਸਕਦਾ ਨਾ ਕਿਸੇ ਕਲਾਕਾਰ ਦਾ ਭਲਾ ਹੂੰ ਕਿਸੇ ਕਲਾਕਾਰ ਜਿਹੜੇ ਪ੍ਰਾਣੇ ਆ ਮਰੀ ਜਾ ਰਹੇ ਆ ਵਿਚਾਰੇ ਗਰੀਬੀ ਨਾਲ ਉਹਨਾਂ ਦੀ 10-10 ਹਜ਼ਾਰ ਤਨਖਾਹ ਹੀ ਲਾ ਦੇਣਾ ਹੂੰ ਉਹਨਾਂ ਨੇ ਪੈਨਸ਼ਨ ਹੀ ਲਾ ਦੇਣਾ ਜੀ ਕੀ ਨਹੀਂ ਕਰ ਸਕਦੇ ਹੂੰ ਦੇਖੋ ਮੇਰੀ ਕੋਈ ਕਿਸੇ ਨਾਲ ਰੋਸਾ ਨਹੀਂ ਹੈਗਾ ਪਰ ਮੈਂ ਕਹਿੰਨੀ ਐ ਦੁਹਾਈ ਆ ਮੈਂ ਦੇਨੀ ਆ ਵੀ ਜੜੇ ਵਿਚਾਰੇ ਰੋਟੀ ਵੀ ਨਹੀਂ ਜਿਨ੍ਹਾਂ ਦੀ ਚੱਲਦੀ ਉਹਨਾਂ ਨੂੰ ਤੁਸੀਂ 10-10 ਹਜ਼ਾਰ ਰੁਪਇਆ ਜੇ ਮਹੀਨੇ ਦਾ ਲਾਭ ਹੀ ਦੋਗੇ ਤੇ ਉਹਨਾਂ ਨੇ ਸੇਵਾ ਨਹੀਂ ਕੀਤੀ ਹੋਈ ਪੰਜਾਬੀ ਬੋਲੀ ਦੀ ਉਹਦੇ ਹੁਣ ਵੀ ਕਰ ਰਹੇ ਆ ਉਹਨਾਂ ਦੇ ਗਾਣੇ ਹੁਣ ਵੀ ਲੋਕ ਸੁਣ ਰਹੇ ਆ ਹੂੰ ਪੈਸੇ ਕਮਾਈ ਜਾਂਦੇ ਆ ਲੋਕੀ ਇਹਨਾਂ ਇਹਨਾਂ ਤੱਕ ਤਾਂ ਕੁਝ ਨੋਟਿਸ ਭੇਜੋ ਕੁਝ ਤਾਂ ਕਰੋ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸਾਰੇ ਸੁਣਨ ਵਾਲਿਆਂ ਦਾ ਤੁਹਾਡੇ ਚੈਨਲ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਹੈਪੀ ਜੀ ਤੁਹਾਡੀ ਵੀ ਬਹੁਤ ਤੁਹਾਡਾ ਬੇਟਾ ਸੁਣਿਆ ਗੋਂ ਗੋਂਦਾ ਛੋਟਾ ਜਿਹਾ ਜੀ ਉਹਨੂੰ ਸਪੋਰਟ ਕਰਿਓ ਬਹੁਤ ਜੀ ਇਹ ਸ਼ੁਕਰੀਆ ਬਹੁਤ ਮੇਰੇ ਤੋਂ ਵੀ ਕੋਈ ਹੈਲਪ ਹੋਵੇ ਤਾਂ ਜ਼ਰੂਰ ਜੀ ਸ਼ੁਕਰੀਆ ਲਓ ਜੀ ਇਹ ਸਨ ਸੁਖਵੰਤ ਮੈਡਮ ਜਿਹਨਾਂ ਨਾਲ ਤੁਸੀਂ ਉਹਨਾਂ ਦੇ ਗਾਣੇ ਸੁਣੇ ਨੇ ਅੱਜ ਮੈਂ ਬੈਠ ਕੇ ਗੱਲਬਾਤ ਕੀਤੀ ਹੈ ਪਰ ਮੈਨੂੰ ਇੱਕ ਖੂਬਸੂਰਤ ਗੱਲ ਇਹਨਾਂ ਦੀ ਲੱਗੀ ਕਿ ਇਹ ਕਹਿੰਦੇ ਨੇ ਕਿ ਜਿਹੜੇ ਉਸ ਸਮੇਂ ਦੇ ਵਿੱਚ ਅਸੀਂ ਗਾਣੇ ਗਾਏ ਪਰ ਅੱਜ ਉਹ ਗਾਣੇ ਮੈਂ ਨਹੀਂ ਪ੍ਰਮੋਟ ਕਰਾਂਗੀ ਨਾ ਮੈਂ ਗਾਵਾਂਗੀ ਤੇ ਪਰ ਇਹ ਹੈ ਕਿ ਉਹ ਦੌਰ ਸੀ ਉਸ ਦੌਰ ਦੇ ਵਿੱਚ ਉਹ ਗਾਣੇ ਬਣਦੇ ਸੀ ਉਹ ਗਾਣਿਆਂ ਦੇ ਵਿੱਚ ਉਸ ਲੈ ਦੇ ਵਿੱਚ ਗਾਏ ਗਏ ਪਰ ਉਹਨਾਂ ਗਾਣਿਆਂ ਦੇ ਵਿੱਚ ਵੀ ਬਹੁਤ ਸਾਰੇ ਉਹ ਗਾਣੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਡੂੰਗੇ ਡੂੰਗੇ ਮਾਲਵੇ ਦੇ ਸ਼ਬਦ ਪਏ ਨੇ ਜੋ ਤੁਸੀਂ ਸੁਣੋਗੇ ਪਰਵਾਰਿਕ ਗਾਣੇ ਪਰਵਾਰਿਕ ਸ਼ਬਦ ਜਾਂ ਆਪਾਂ ਅਜ਼ਲ ਸ਼ਬਦ ਦੀ ਵੀ ਆਪਾਂ ਗੱਲ ਕੀਤੀ ਅਜ਼ਲਾਂ ਦੀ ਤਾਂ ਉਹ ਸ਼ਬਦਾਂ ਨੂੰ ਅਸੀਂ ਜੇ ਲਿਖ ਵੀ ਲਈਏ ਤਾਂ ਸਾਨੂੰ ਚੇਤਿਆਂ ਸਾਡੇ ਕੋਲ ਬਹੁਤ ਸਾਰਾ ਭੰਡਾਰ ਹੋ ਸਕਦਾ ਸ਼ਬਦਾਂ ਦਾ ਤਾਂ ਸੁਣਿਆ ਕਰੋ ਪੁਰਾਣੇ ਗਾਣੇ ਵੀ ਨਵੇਂ ਵੀ ਪਰ ਜਿਹੜਾ ਇਹ ਰੋਜ਼ ਦਾ ਕਲੇਸ਼ ਹੁੰਦਾ ਹੈਗਾ ਮੈਂ ਕਹਿੰਦਾ ਮੈਂ ਵੀ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ ਸਾਰੇ ਭਰਾ ਕਲਾਕਾਰ ਭਰਾ ਇੱਕ ਦੂਜੇ ਦੀ ਬਾਹ ਫੜੀਏ ਅੱਗੇ ਵਧੀਆ ਤਦ ਕਰੀਏ ਤੇ ਸੋਨਾ ਸਮਾਸਿਰ ਜੀ ਹਾਂਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਦੇਖਦੇ ਰਹੋ ਸਾਡਾ ਪ੍ਰੋਗਰਾਮ ਦੇਸੀ ਬੀਟ ਕੈਮਰਾਮੈਨ ਮਲਕੀਸ਼ ਸਿੰਘ ਦੇ ਨਾਲ ਹੈਪੀ ਭਗਤਾ